You're listening to CNN Toronto, Chawla News Network Toronto. ਤੇ ਹੁਣ ਆਪਾਂ ਸਰਦਾਰ ਜਸਬੀਰ ਸਿੰਘ ਭੱਟੀ ਸਾਹਿਬ ਨਾਲ ਕਰਾਂਗੇ ਗੱਲਾਂ ਬਾਤਾਂ, ਬਸ ਉਹਨਾਂ ਦੀ ਫੋਟੋ ਆ ਜਾਵੇ ਤੇ ਫਿਰ ਆਪਾਂ ਰਾਈਟ ਵੇ ਉਹਨਾਂ ਨੂੰ ਪੇਸ਼ ਕਰਨ ਜਾ ਰਹੇ ਹਾਂ। ਤੁਸੀਂ ਕੋਈ ਘਰ ਖਰੀਦਣਾ ਚਾਹੁੰਦੇ ਹੋ, ਵੇਚਣਾ ਚਾਹੁੰਦੇ ਹੋ ਤਾਂ ਮੇਰਾ ਨੰਬਰ 416-303-1515। ਇੱਕ ਸ਼ਾਨਦਾਰ ਘਰ ਅਸੀਂ ਲਿਸਟ ਕੀਤਾ ਜੀ, ਮਿਕਲੋਗਲਨ ਅਤੇ ਮੇਫੀਲਡ ਦੇ ਏਰੀਏ ਦੇ ਵਿੱਚ ਬ੍ਰੈਂਡ ਨਿਊ ਘਰ ਹੈ। 2655 ਸਕੁਏਅਰ ਫੁੱਟ ਹੈ, 4 ਬੈਡਰੂਮ ਹੈ, 4 ਵਾਸ਼ਰੂਮ ਹੈ, ਬ੍ਰੈਂਡ ਨਿਊ ਘਰ ਹੈ, ਬ੍ਰੈਂਡ ਨਿਊ ਏਸੀ ਔਰ ਨਾਲ ਦੀ ਨਾਲ ਬ੍ਰੈਂਡ ਨਿਊ ਕਹਿ ਲਓ ਕਿ ਬਲਾਇੰਡਸ ਲੱਗੇ ਹੋਏ ਨੇ। ਐਂਡ ਇਹ ਬ੍ਰੈਂਡ ਨਿਊ ਘਰ ਹੈ ਜੀ, ਬ੍ਰੈਂਡ ਨਿਊ ਘਰ ਹੈ। ਸੋ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਇਸ ਘਰ ਦੇ ਬਾਰੇ, 416-303-1515, 416-303-1515 'ਤੇ ਮੇਰੇ ਨਾਲ ਇਸ ਘਰ ਦੇ ਬਾਰੇ ਜਾਣਕਾਰੀ ਲਿੱਤੀ ਜਾ ਸਕਦੀ ਹੈ। ਅਤੇ ਪਲਾਜ਼ਾ ਮੇਵਿਸ ਐਂਡ ਡੰਡਾ, ਤੁਸੀਂ ਆਪਣਾ ਕੋਈ ਵੀ ਰੀਟੇਲ ਸਟੋਰ ਖਰੀਦਣਾ ਚਾਹੁੰਦੇ ਹੋ, ਕਲੋਜ਼ਿੰਗ ਉਹਦੀ 2026 ਦੇ ਵਿੱਚ ਹੈ, 416-303-1515। ਲੰਡਨ ਡਨ ਦੇ ਵਿੱਚ ਤੁਸੀਂ ਕਹਿ ਲਓ ਕਮਰਸ਼ੀਅਲ ਇੰਡਸਟਰੀਅਲ ਯੂਨਿਟਸ ਖਰੀਦਣਾ ਚਾਹੁੰਦੇ ਹੋ, 1000 ਸਕੁਏਅਰ ਫੀਟ, 2000 ਸਕੁਏਅਰ ਫੀਟ, ਏਅਰਪੋਰਟ ਦੇ ਬਿਲਕੁਲ ਨਜ਼ਦੀਕ ਹੈ, ਤਾਂ ਮੇਰੇ ਨਾਲ ਸੰਪਰਕ ਪੈਦਾ ਕਰ ਸਕਦੇ ਹੋ। 416-303-1515, 416-303-1515। ਆਓ ਫਿਰ ਲੈ ਚੱਲੀਏ ਹੁਣ ਪੰਜਾਬ, ਜਿੱਥੇ ਭੱਟੀ ਸਾਹਿਬ ਵੀ ਸਟੈਂਡ ਬਾਏ ਜੁੜ ਚੁੱਕੇ ਨੇ। ਐਂਡ ਤੁਸੀਂ ਵੀ ਆਪਣਾ ਕੋਈ ਵੀ ਸਵਾਲ ਕਰਨਾ ਚਾਹੁੰਦੇ ਭੱਟੀ ਸਾਹਿਬ ਨਾਲ, ਤਾਂ ਸਾਨੂੰ ਕਾਲ ਕੀਤੀ ਜਾ ਸਕਦੀ ਹੈ, 905-813-1320। ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਸ਼ੋਅ ਦੇ ਵਿੱਚ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ, ਠੀਕ ਠਾਕ ਹੋ? ਬੜੀ ਕਿਰਪਾ ਜੀ। ਪੰਜਾਬ ਦਾ ਮੌਸਮ ਕਹਿੰਦੇ ਕਾਫੀ ਗਰਮੀ ਹੋ ਚੁੱਕੀ ਹੈ ਜੀ। ਮੌਸਮ ਇੱਥੋਂ ਤੱਕ ਗਰਮ ਹੋ ਗਿਆ ਜੀ, ਇੱਕ ਵਿਅਕਤੀ ਦੀ ਬਠਿੰਡੇ ਚ ਗਰਮੀ ਨਾਲ ਮੌਤ ਹੋ ਚੁੱਕੀ ਆ, ਲਵਾਰਸ ਵਿਅਕਤੀ ਸੀ ਤੇ ਜਨ ਸੇਵਾ ਜਿਹੜੀ ਉੱਥੋਂ ਚਾਰ ਵਿਅਕਤੀ ਹੋਰ ਜਿਹੜੇ ਬੇਘਰੇ ਸਨ ਉਹਨਾਂ ਨੂੰ ਹੋਸਪਿਟਲ ਜਾ ਕੇ ਤੇ ਬਚਾਇਆ ਗਿਆ ਬੜੀ ਮੁਸ਼ਕਿਲ ਨਾਲ, ਕਿਉਂ ਗਰਮੀ ਆਪਣੇ ਹੁਣ ਇਸ ਵੇਲੇ ਕੜ ਤੋੜ ਰਹੀ ਆ, 46 ਤੋਂ ਲੈ ਕੇ 48 ਤੱਕ ਟੈਂਪਰੇਚਰ ਚੱਲ ਰਿਹਾ। ਟੈਂਪਰੇਚਰ ਇੰਨਾ ਹੋਏਗਾ ਤੇ ਫਿਰ ਤੁਹਾਨੂੰ ਪਤਾ ਹੀ ਹੈ ਵੀ ਗਰਮੀ ਤੇ ਆਪਣਾ ਜਲਵਾ ਵਿਖਾਏਗੀ ਵਿਖਾਏਗੀ। ਬਿਲਕੁਲ ਬਿਲਕੁਲ ਜੀ, ਸੜਕਾਂ ਦੇ ਉੱਤੇ ਤੁਸੀਂ ਵੇਖੋ ਜਿਹੜੀ ਸਾਡੀ ਟ੍ਰੈਫਿਕ ਆ ਉਹ ਵੀ ਘੱਟ ਵੇਖਣ ਨੂੰ ਮਿਲ ਰਹੀ ਆ। ਸਵੇਰੇ ਸ਼ਾਮ ਟ੍ਰੈਫਿਕ ਮਿਲੇਗੀ, ਦੁਪਹਿਰ ਜਦੋਂ ਗਰਮੀ ਜ਼ਿਆਦਾ ਹੁੰਦੀ ਹੈ ਫਿਰ ਟ੍ਰੈਫਿਕ ਘਟਣੀ ਸ਼ੁਰੂ ਹੋ ਜਾਂਦੀ। ਬਿਲਕੁਲ, ਬਕਾਇਦਾ ਤੌਰ ਤੇ ਸਰਕਾਰ ਵੱਲੋਂ ਤੇ ਸਿਹਤ ਵਿਭਾਗ ਵੱਲੋਂ ਹਦਾਇਤਾਂ ਇਹੀ ਹੈ ਵੀ ਦੁਪਹਿਰ ਸਮੇਂ ਆਪਣੇ ਘਰ ਤੋਂ ਬਾਹਰ ਨਿਕਲੋ ਨਾ ਨਿਕਲੋ, ਨਹੀਂ ਤੇ ਗਰਮੀ ਦੀ ਜੇ ਲੂ ਲੱਗ ਜਾਵੇ ਇੱਕ ਵਾਰੀ ਤੇ ਮੁੜ ਕੇ ਫਿਰ ਬੰਦੇ ਨੂੰ ਕਈ ਦਿਨ ਜਿਹੜਾ ਉਹਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਵਾ। ਇਸ ਕਰਕੇ ਸਿਹਤ ਵਿਭਾਗ ਵੀ ਕਹਿੰਦਾ ਵੀ ਤੁਸੀਂ ਆਪਣਾ ਬਚਾਅ ਆਪ ਕਰੋ ਜੀ। 905-813-1320 ਤੁਸੀਂ ਸਾਨੂੰ ਲਾਈਵ ਸੁਣਨਾ ਚਾਹੁੰਦੇ ਹੋ ਫੋਨ ਦੇ ਜ਼ਰੀਏ, ਇੱਕ ਵਾਰੀ ਫਿਰ ਤੋਂ ਮੈਂ ਨੰਬਰ ਰਿਪੀਟ ਕਰਦਾ, ਸਾਡੇ ਨਾਲ ਜੁੜ ਸਕਦੇ ਹੋ ਤੁਸੀਂ ਫੋਨ ਦੇ ਜ਼ਰੀਏ, 647-367-1320, 647-367-1320। ਅਮੈਰੀਕਾ ਵਾਸਤੇ ਨੰਬਰ ਹੈ ਜੀ 6417411919। ਜਿੱਥੇ ਪੰਜਾਬ ਦੇ ਵਿੱਚ ਗਰਮੀ ਹੋਈ ਪਈ ਹੈ ਉੱਥੇ ਰਾਜਨੀਤਿਕ 'ਤੇ ਵੀ ਗਰਮੀ ਹੋਈ ਪਈ ਹੈ ਜੀ। ਕਿਸਾਨ ਜਥੇਬੰਦੀਆਂ ਨੇ ਸ਼ੰਭੂ ਰੇਲਵੇ ਸਟੇਸ਼ਨ ਤੋਂ ਕੀਤਾ ਧਰਨਾ ਖਤਮ, ਬੜੇ ਖਤਮ ਨਹੀਂ ਹੈ ਜੀ,
ਇਹ ਤਾਂ ਸਿਰਫ ਇੱਕ ਪੌਜ਼ ਲਿੱਤਾ ਜੀ। ਮੋਦੀ ਸਾਹਿਬ ਕਹਿੰਦੇ ਨੇ ਕਿ ਪੰਜਾਬ ਆ ਰਹੇ ਨੇ ਅਤੇ ਉੱਥੇ ਕੀਤਾ ਜਾਵੇਗਾ ਵਿਰੋਧ। ਅਤੇ ਹੁਣ ਤੱਕ ਤਕਰੀਬਨ ਭੱਟੀ ਸਾਹਿਬ ਕਿੰਨੇ ਕੁ ਰੇਲ ਗੱਡੀਆਂ ਇਹਦੇ ਵਿੱਚ ਅਸਰ ਹੋਈਆਂ ਨੇ ਜੀ? ਕਰੀਬ ਕਰੀਬ 6,000 ਗੱਡੀਆਂ ਇੱਕ ਮਹੀਨੇ ਵਿੱਚ ਪ੍ਰਭਾਵਿਤ ਹੋਈਆਂ ਨੇ ਤੇ ਕਰੋੜਾਂ ਰੁਪਏ ਜਿਹੜੇ ਆ ਉਹ ਰੇਲਵੇ ਵਿਭਾਗ ਨੂੰ ਰਿਫੰਡ ਕਰਨੇ ਪਏ। ਓਏ ਹੋਏ ਹੋਏ। ਕੁਛ ਗੱਡੀਆਂ ਡਾਈਵਰਟ ਰੂਟ ਤੇ ਚਲਾਈਆਂ ਗਈਆਂ ਲੇਕਿਨ ਉਹ ਵੀ ਆਪਣੇ ਸਮੇਂ ਨਿਰਧਾਰਿਤ ਸਮੇਂ ਤੋਂ ਕਈ ਕਈ ਘੰਟੇ ਲੇਟ ਪੁੱਜਦੀਆਂ ਰਹੀਆਂ। ਇਸ ਕਰਕੇ ਰੇਲਾਂ ਰੋਕਣਾ ਤੇ ਮੇਰੇ ਹਿਸਾਬ ਨਾਲ ਤਾਂ ਸ਼ਾਇਦ ਬਹੁਤਾ ਵਧੀਆ ਕੰਮ ਨਹੀਂ ਹੈਗਾ। ਆਮ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ ਤੇ ਸਰਕਾਰਾਂ ਨੂੰ ਬਹੁਤਾ ਕੋਈ ਫਰਕ ਨਹੀਂ ਪੈਂਦਾ ਤੇ ਇਹ ਜਿਹੜੀਆਂ ਸਾਡੀਆਂ ਜਥੇਬੰਦੀਆਂ ਇਹ ਆਮ ਲੋਕਾਂ ਦੀ ਸਹੂਲਤ ਵਾਸਤੇ ਹੁੰਦੀਆਂ ਵਾ, ਨਾ ਕਿ ਆਮ ਲੋਕਾਂ ਨੂੰ ਪਰੇਸ਼ਾਨੀਆਂ ਦੇਣ ਵਾਸਤੇ। ਨਾਲ ਉਹਨਾਂ ਨੇ ਇਹ ਕਹਿਤਾ ਵੀ ਸ਼ੰਭੂ ਰੇਲਵੇ ਸਟੇਸ਼ਨ ਤੋਂ ਅਸੀਂ ਆਪਣਾ ਜਿਹਾ ਧਰਨਾ ਹਟਾ ਲਿਆ ਲੇਕਿਨ ਜਿਹੜਾ ਰੋਡ ਤੇ ਸਾਡਾ ਲੱਗਾ ਵਾ ਧਰਨਾ ਉਹ ਲਗਾਤਾਰ ਜਾਰੀ ਰਹਿ ਗਿਆ। ਰੋਡ ਮਤਲਬ ਇੱਕ ਪਾਸੇ ਖਾਲੀ ਹੈ, ਇੱਕ ਪਾਸੇ ਚੱਲ ਰਹੀ। ਨਾਲ ਹੀ ਉਹਨਾਂ ਨੇ ਕਹਿਤਾ ਵੀ ਇੱਥੇ ਭਾਜਪਾ ਦੇ ਆਗੂ ਆ ਰਹੇ ਨੇ ਪੰਜਾਬ ਦੇ ਵਿੱਚ ਸਮੇਤ ਪ੍ਰਧਾਨ ਮੰਤਰੀ, ਅਸੀਂ ਉਹਨਾਂ ਨੂੰ ਕਾਲੀਆਂ ਝੰਡੀਆਂ ਵੀ ਵਿਖਾਵਾਂਗੇ ਤੇ ਉਹਨਾਂ ਦੀ ਘਿਰਾਓ ਕਰਨ ਦੀ ਕੋਸ਼ਿਸ਼ ਵੀ ਕਰਾਂਗੇ। ਇੱਥੋਂ ਤੱਕ ਵੀ ਕਿਹਾ ਗਿਆ ਕਿ ਜਿਹੜੇ ਭਾਜਪਾ ਆਗੂ ਆ ਉਹਨਾਂ ਦੇ ਘਰਾਂ ਦੇ ਬਾਹਰ ਹੁਣ ਧਰਨੇ ਦਿੱਤੇ ਜਾਣਗੇ। ਬਈ ਇਹ ਤਾਂ ਤੁਹਾਡੀ ਗੱਲ ਹੋਈ ਜਚਗੀ ਵੀ ਜਿਹੜੇ ਬੰਦੇ ਤੁਹਾਡੀਆਂ ਮੰਗਾਂ ਦੇ ਵਿੱਚ ਅੜਚਣ ਪਾ ਰਹੇ ਉਹਨਾਂ ਦੇ ਖਿਲਾਫ਼ ਤੁਸੀਂ ਕਾਰਵਾਈ ਕਰ ਸਕਦੇ ਹੋ, ਬੜੀ ਚੰਗੀ ਆ ਗੱਲ ਕਰੋ। ਤੇ ਤੁਹਾਨੂੰ ਪਤਾ ਹੋਏਗਾ ਜਿਹੜੇ ਸਾਡੇ ਭਾਜਪਾ ਦੇ ਹੰਸਰਾਜ ਹੰਸ ਪਦਮ ਸ਼੍ਰੀ ਜੀ ਜਿਹੜੇ ਪਹਿਲਾਂ ਕਹਿੰਦੇ ਸੀ ਕਿਸਾਨ ਮੇਰੇ ਭਾਈ ਨੇ, ਮੈਂ ਕਿਸਾਨਾਂ ਦਾ ਮੈਂ ਬੈਠ ਕੇ ਗੱਲ ਕਰ ਲੂੰਗਾ, ਹੁਣ ਉਹਨੇ ਇੰਨੀ ਗੱਲ ਕਹਿਤੀ ਆ ਵੀ ਭਾਈ 2 ਤਰੀਕ ਤੋਂ ਬਾਅਦ ਕੋਈ ਖੰਘ ਕੇ ਵਿਖਾਉਂਦਾ ਮੈਂ ਵੇਖੂਗਾ ਨਾ, ਇਹਨਾਂ ਨਾਲ ਮੈਂ ਟੱਕਰ ਲਊਂਗਾ, ਮੈਂ ਦੱਸੂਗਾ ਕੌਣ ਹੁੰਦੇ ਅਸੀਂ। ਉਹਦੀ ਨਿੰਦਾ ਕਿਸਾਨ ਜਥੇਬੰਦੀਆਂ ਨੇ ਵੀ ਕੀਤੀ ਤੇ ਉਹ ਕਹਿੰਦੇ ਆ ਗਿਆ ਤਾਂ ਤੂੰ ਆਪਣੀ ਰਾਏ ਦੇ ਉੱਤੇ। ਫਿਰ ਇੱਥੋਂ ਤੱਕ ਕਹਿ ਦਿੱਤਾ, ਪੋਲਰਾਈਜੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਕਿਸਾਨ ਮਜ਼ਦੂਰ ਜਥੇਬੰਦੀ ਦੇ ਵਿੱਚ ਜੇ ਕਿਸਾਨ ਤੇ ਮਜ਼ਦੂਰ ਵੀ ਸ਼ਾਮਿਲ ਨੇ ਵੀ ਬਾਬਾ ਜੀਵਨ ਸਿੰਘ ਦੇ ਭਗਤ ਜੇ ਕਿਤੇ ਆਪਣੀ ਆਈ ਤੇ ਆ ਗਏ ਤੇ ਫਿਰ ਇੱਟ ਨਾ ਇੱਟ ਖੜਕਾ ਦੇਣਗੇ। ਮਤਲਬ ਉਹਨਾਂ ਨੂੰ ਉਕਸਾਉਣ ਦੀ ਕੋਸ਼ਿਸ਼ ਕੀਤੀ ਵੀ ਅਸੀਂ ਜਿਸ ਭਾਈਚਾਰੇ ਸੰਬੰਧ ਰੱਖਦੇ ਹਾਂ ਇਹ ਨਹੀਂ ਹੋਣਾ ਚਾਹੀਦਾ, ਪੋਲਰਾਈਜੇਸ਼ਨ ਨਹੀਂ ਹੋਣੀ ਚਾਹੀਦੀ। ਵੈਸੇ ਤੇ ਪੰਜਾਬ ਦੇ ਵਿੱਚ ਘੱਟ ਹੀ ਇਹੋ ਜਿਹੀ ਗੱਲ ਵਾਪਰਦੀ ਹੈ ਲੇਕਿਨ ਇਹ ਗੱਲਾਂ ਜਦੋਂ ਵਾਇਰਲ ਹੋਈਆਂ ਉਹਦਾ ਫਿਰ ਕਿਸਾਨ ਜਥੇਬੰਦੀਆਂ ਤੇ ਆਮ ਲੋਕਾਂ ਨੇ ਵੀ ਨੋਟਿਸ ਲਿਆ ਵੀ ਹੰਸਰਾਜ ਹੰਸ ਜੀ ਤੁਹਾਡਾ ਇਕੱਲਿਆਂ ਦਾ ਪੰਜਾਬ 'ਚ ਵਿਰੋਧ ਨਹੀਂ ਹੋ ਰਿਹਾ, ਬੀਜੇਪੀ ਦਾ ਵਿਰੋਧ ਹੋ ਰਿਹਾ। ਐਜ ਏ ਕਲਾਕਾਰ ਤੁਸੀਂ ਆਓ, ਤੁਹਾਨੂੰ ਸਾਰੇ ਜਿਹੜੇ ਸੀ ਮਾਣ ਸਤਿਕਾਰ ਦੇਣਗੇ, ਤੁਸੀਂ ਦਿੱਲੀ ਛੱਡ ਕੇ ਬਕਾਇਦਾ ਤੌਰ ਤੇ ਇੱਥੋਂ ਉਮੀਦਵਾਰ ਬਣਿਓ ਤੇ ਫਿਰ ਤੇ ਭਾਈ ਤੁਹਾਨੂੰ ਜਿਹੜਾ ਸੀ ਪਹਿਲਾਂ ਕਿਹਾ ਸੀਗਾ ਵੀ ਜੇ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦੇਣਾ ਜਿਹੜੀ ਭਾਰਤ ਦੀ ਰਾਜਧਾਨੀ ਆ, ਜੇ ਉੱਥੇ ਕਿਸਾਨ ਨਹੀਂ ਜਾ ਸਕਦੇ ਤੇ ਫਿਰ ਬੀਜੇਪੀ ਵਾਲੇ ਵੀ ਜਿਹੜੇ ਉਹ ਸਾਡੇ ਪਿੰਡਾਂ 'ਚ ਨਹੀਂ ਵੜ ਸਕਦੇ। ਮੈਂ ਤੁਹਾਨੂੰ ਪਿਛੋਕੜ 'ਚ ਲੈ ਦਾਂ ਕਿ ਕਿਸਾਨ ਕੋਈ ਪਹਿਲਾਂ ਸੰਘਰਸ਼ ਨਹੀਂ ਲੱਗੇ ਕਰ 1999 'ਚ ਵੀ ਕੀਤਾ ਸੀਗਾ, ਸੰਘਰਸ਼ ਕੀਤਾ ਸੀ, ਬੋਟ ਕਲੱਬ ਚਲੇ ਗਏ ਸੀ, ਰਾਮਲੀਲਾ ਗਰਾਊਂਡ ਚਲੇ ਗਏ ਸੀਗੇ ਤੇ 31 ਅਕਤੂਬਰ 1999 ਨੂੰ ਜਦੋਂ ਇੰਦਰਾ ਗਾਂਧੀ ਦੀ ਬਰਸੀ ਮਨਾਈ ਜਾਣੀ ਸੀਗੀ ਉਸ ਬਰਸੀ ਨੂੰ ਲੈ ਕੇ ਜਿਹੜਾ ਗੋਲੀ ਵੀ ਚੱਲੀ ਸੀ, 3-4 ਕਿਸਾਨਾਂ ਦੀ ਮੌਤ ਵੀ ਹੋਈ ਸੀ ਤੇ ਸਰਕਾਰ ਨੂੰ ਅੱਗੇ ਲੱਗ ਕੇ ਭੱਜਣਾ ਪਿਆ ਸੀ ਅੱਗੇ ਲੱਗ ਕੇ। ਇਸ ਕਰਕੇ ਅੱਜ ਵੀ ਕਿਸਾਨ ਜਿਹੜੇ ਨੇ ਮਜ਼ਬੂਤੀ ਨਾਲ ਆਪਣਾ ਕੰਮ ਕਰ ਰਹੇ ਲੇਕਿਨ ਉਹਨਾਂ ਨੂੰ ਇਹ ਗੱਲ ਬੇਨਤੀ ਜ਼ਰੂਰ ਕਰਨੀ ਚਾਹੁੰਦੇ ਹਾਂ
ਵੀ ਆਮ ਲੋਕਾਂ ਦੀ ਸੁਵਿਧਾ ਦਾ ਖਿਆਲ ਜ਼ਰੂਰ ਰੱਖਿਆ ਜਾਵੇ, ਉਹਨਾਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ। ਠੀਕ ਆ, ਤੁਹਾਡੀ ਸਰਕਾਰਾਂ ਦਾ ਟੱਕਰ ਹੈ, ਤੁਸੀਂ ਡਟ ਕੇ ਲਓ, ਲੋਕ ਤੁਹਾਡਾ ਸਾਥ ਦੇਣਗੇ। ਜੀ ਸਾਡੇ ਨਾਲ ਕਾਲਰ ਨੇ ਜੀ, ਆਪਾਂ ਲਈਏ ਕਾਲ ਆਉਂਦੀ ਹੈ, ਤੁਸੀਂ ਵੀ ਹੁਣ ਆਪਣੇ ਵਿਚਾਰ ਜਾਂ ਕੋਈ ਵੀ ਸਵਾਲ ਪੁੱਛਣਾ ਚਾਹੁੰਦੇ ਤਾਂ 905-813-1320 ਜੀ ਕਾਲ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਪੱਟੀ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੱਟੀ ਸਾਹਿਬ, ਮੇਰਾ ਸਵਾਲ ਸੀ, ਜਿੱਦਾਂ ਪਿਛਲੀ ਵਾਰੀ ਆਪਣਾ ਜਦੋਂ ਮੋਦੀ ਸਾਹਿਬ ਆਏ ਸੀਗੇ ਤੇ ਇਕੱਠ ਤਾਂ ਹੋਇਆ ਨੀ ਸੀਗਾ ਤੇ ਉਹਨਾਂ ਨੇ ਕਹਿ ਦਿੱਤਾ ਸੀਗਾ ਕਿ ਮੈਂ ਉੱਥੋਂ ਜਾਨ ਬਚਾ ਕੇ ਆ ਗਿਆ, ਕੀ ਐਤਕੀ ਵੀ ਓਦਾਂ ਦਾ ਹੀ ਕੋਈ ਮਾਹੌਲ ਹੈ ਜਾਂ ਕੁਛ ਫਰਕ ਪਏਗਾ, ਇਹਦੇ ਬਾਰੇ ਕੀ ਵਿਚਾਰ? ਮਾਹੌਲ ਤੇ ਓਦਾਂ ਦਾ ਰਹੇਗਾ, ਲੇਕਿਨ ਫੇਰ ਵੀ ਇਲੈਕਸ਼ਨ ਆ, ਕੁਛ ਤਾਂ ਕੁਛ ਦਿਹਾੜੀਦਾਰ ਬੰਦੇ ਮੇਰੇ ਵਰਗੇ ਲੈ ਆਉਂਦੇ ਆਣਗੇ ਤੇ ਕੰਮ ਚਲਾਇਆ ਜਾਏਗੀ, ਤੇ ਕੋਈ ਦੋ ਰਵਾਂ ਨਹੀਂ ਹੈਗੀਆਂ, ਕਿਉਂ ਬੀਜੇਪੀ ਆਪਣਾ ਕੰਮ ਕਰਨਾ ਜਾਣਦੀ ਹੈ, ਬੰਦੇ ਤੇ ਇਕੱਠੇ ਕੀਤੇ ਜਾਣਗੇ, ਭਾਵੇਂ ਉਹ ਦਿਹਾੜੀ ਤੇ ਲਿਆਂਦੇ ਜਾਣ ਜਾਂ ਕਿਸੇ ਹੋਰ ਤਰੀਕੇ ਨਾਲ ਲੈ ਜਾਂਦੇ, ਉਹ ਬੰਦੇ ਤਾਂ ਜ਼ਰੂਰ ਇਕੱਠੇ ਕੀਤੇ ਜਾਣਗੇ, ਲੇਕਿਨ ਉਸ ਹਿਸਾਬ ਨਾਲ ਨੀ ਜਿਸ ਤਰੀਕੇ ਨਾਲ ਪਹਿਲਾਂ ਜਿਹੜੀ ਸੀ ਉਹ ਹੁੰਦੇ ਹੁੰਦੇ ਸੀ, ਆਪ ਮੁਹਾਰੇ ਲੋਕ ਆਉਂਦੇ ਸੀ, ਅੱਜ ਕੱਲ੍ਹ ਉਹ ਨਹੀਂ ਆ ਰਹੇ। ਗਰਮੀ ਦਾ ਅਸਰ ਵੀ ਆਮ ਲੋਕਾਂ ਤੇ ਜ਼ਰੂਰ ਪਏਗਾ। ਜੇਤਲੀ ਸਾਹਿਬ ਜਦੋਂ ਚੋਣ ਹਾਰਦੇ ਤੇ ਗਰਮੀਆਂ ਚ ਇੱਥੇ ਆਉਂਦੇ ਤੇ IIM ਨੀਂਹ ਪੱਥਰ ਰੱਖਦੇ ਤੇ ਕਿੰਨੇ ਬੰਦੇ ਸੀ ਇਹਨਾਂ ਦੇ ਵਰਕਰ, ਉਹੀ ਜਿਹੜੇ ਖਾਸ ਸੀ ਜਿਹੜੇ ਗਰਮੀ ਦਾ ਸਾਹਮਣਾ ਕਰਦੇ, 50 ਬੰਦੇ ਬੈਠੇ ਸੀ, ਇੱਕ ਕੇਂਦਰੀ ਮੰਤਰੀ ਆਇਆ ਤੇ ਬਾਕੀ ਕੁਰਸੀਆਂ ਖਾਲੀ ਪਈ ਸਾਰੀਆਂ। ਗਰਮੀ ਦਾ ਅਸਰ ਜ਼ਰੂਰ ਪਏਗਾ, ਲੇਕਿਨ ਫੇਰ ਵੀ ਬੀਜੇਪੀ ਕਿਸੇ ਨਾ ਕਿਸੇ ਤਰੀਕੇ ਨਾਲ ਕੋਸ਼ਿਸ਼ ਕਰੇਗੀ ਵੀ ਜਿਵੇਂ ਉਹਨਾਂ ਨੇ ਗੁਰਦਾਸਪੁਰ ਤੇ ਲੁਧਿਆਣੇ ਦੇ ਜਲੰਧਰ ਦੇ ਵਿੱਚ ਦੋ ਰੈਲੀਆਂ ਕਰਨੀਆਂ ਨੇ, ਦੋਵਾਂ ਦੇ ਵਿੱਚ ਉਹ ਬੰਦੇ ਤੇ ਇਕੱਠੇ ਕਰਨ ਦੀ ਕੋਸ਼ਿਸ਼ ਸ਼ੁਰੂ ਕਰਨਗੇ। 905-813-1320 ਤੁਸੀਂ ਆਪਣਾ ਅਗਲਾ ਸਵਾਲ ਪੁੱਛ ਸਕਦੇ ਹੋ। ਪੱਟੀ ਸਾਹਿਬ, ਗੁਜਰਾਤ ATS ਨੇ ਸ਼੍ਰੀਲੰਕਾ ਤੋਂ ਆਏ 4 ਅੱਤਵਾਦੀ ਹਵਾਈ ਅੱਡੇ ਤੋਂ ਕੀਤੇ ਗ੍ਰਿਫਤਾਰ ਤੇ ਪੰਜਾਬ ਦਾ ਸ਼ਿਵ ਸੈਨਾ ਆਗੂ ਇੱਕ, ਉਹਨਾਂ ਦਾ ਨਾਮ ਸੀ ਜੀ ਹਿੱਟ ਲਿਸਟ ਦੇ ਵਿੱਚ, ਕੀ ਕਹਿਣਾ ਚਾਹੋਗੇ? ਜਿਹੜੀ ਗੁਜਰਾਤ ਦੀ ATS ਐਂਟੀ ਟੈਰਰ ਸਕੁਆਡ, ਉਹਨਾਂ ਨੇ ਇਹ ਦਾਅਵਾ ਕੀਤਾ ਵੀ ਅਹਿਮਦਾਬਾਦ ਏਅਰਪੋਰਟ ਤੋਂ ਅਸੀਂ 4 ਵਿਅਕਤੀ ਅੱਤਵਾਦੀ ਸ਼੍ਰੀਲੰਕਾ ਤੋਂ ਇੱਥੇ ਗੜਬੜ ਕਰਨ ਵਾਸਤੇ ਆਏ ਸੀ ਉਹ ਗ੍ਰਿਫਤਾਰ ਕੀਤੇ ਆ। ਉਹਨਾਂ ਦੀ ਮੁੱਢਲੀ ਜਿਹੜੀ ਇੱਕ ਬਕਾਇਦਾ ਤੌਰ ਤੇ ਤਫਤੀਸ਼ ਤੇ ਆਇਆ ਵੀ ਪੰਜਾਬ ਦਾ ਇੱਕ ਸ਼ਿਵ ਸੈਨਾ ਟਾਰਗੇਟ ਕਰਨਾ ਵਿੱਚ ਸ਼ਾਮਲ ਸੀ, ਤੇ ਸ਼ਿਵ ਸੈਨਾ ਜਿਹੜਾ ਆਗੂ ਆ ਉਹ ਇਹ ਗੱਲ ਕਹਿ ਰਿਹਾ ਵੀ ਪੰਜਾਬ ਪੁਲਿਸ ਤੇ ਮੈਨੂੰ ਮਰਵਾਉਣਾ ਚਾਹੁੰਦੀ ਹੈ। ਜਿਹੜੀ ਮੇਰੇ ਕੋਲ ਗੱਡੀ ਦਿੱਤੀ ਇਹਨਾਂ ਨੇ ਉਹ ਵੀ ਬੜੀ ਪੁਰਾਣੀ, ਜਿੱਥੇ ਮਰਜ਼ੀ ਖੜ ਜਾਂਦੀ ਹੈ, ਜਿੱਥੇ ਮਰਜ਼ੀ ਤੁਰ ਪੈਂਦੀ ਹੈ, ਮੇਰੇ ਤੇ ਮੇਰੇ ਪਰਿਵਾਰ ਦੀ ਸਿਕਿਉਰਿਟੀ ਦਾ ਕੋਈ ਖਿਆਲ ਨਹੀਂ ਰੱਖਿਆ ਜਾ ਸਕਿਆ। ਅਸੀਂ ਖਾਲਿਸਤਾਨੀਆਂ ਦੇ ਖਿਲਾਫ਼, ਅਸੀਂ ਵੱਖਵਾਦੀਆਂ ਦੇ ਖਿਲਾਫ਼, ਅਸੀਂ ਅੱਤਵਾਦੀਆਂ ਦੇ ਖਿਲਾਫ਼ ਬਕਾਇਦਾ ਤੌਰ 'ਤੇ ਜਿਹੜੀ ਆਪਣੀ ਮੁਹਿੰਮ ਸ਼ੁਰੂ ਕੀਤੀ ਉਹਨੂੰ ਜਾਰੀ ਰੱਖਾਂਗੇ, ਉਹਦੇ ਵਿੱਚ ਕੋਈ ਖੜੋਤ ਨਹੀਂ ਉੱਡਦੀ ਜਾਵੇਗੀ। ਨੈਸ਼ਨਲਿਟੀ ਦਾ ਅਸੀਂ ਬਕਾਇਦਾ ਪ੍ਰਤੀ ਪ੍ਰਚਾਰ ਕਰਦੇ ਆ ਰਹੇ, ਉਹ ਗੱਲ ਕਰਾਂਗੇ, ਲੇਕਿਨ ਅਜੇ ਤੱਕ ਉਹ ਪੁਸ਼ਟੀ ਨਹੀਂ ਹੋ ਚੱਕੀ ਵੀ ਉਹਨਾਂ ਦਾ ਟਾਰਗੇਟ ਇਹ ਸੀ ਕਿ ਕੋਈ ਹੋਰ। ਇਹ ਤੇ ਮੁੱਢਲੀ ਨਿਊਜ਼ ਆ, ਆਉਣ ਵਾਲੇ ਸਮੇਂ ਦੇ ਵਿੱਚ ਪੂਰੀ ਜਦੋਂ ਇਨਵੈਸਟੀਗੇਸ਼ਨ ਹੋਏਗੀ ਜੀ, ਫਿਰ ਪਤਾ ਲੱਗੇ ਵੀ ਉਹਨਾਂ ਦਾ ਟੀਚਾ ਵਾਕਿਆ ਇਹ ਪੰਜਾਬ ਦਾ ਸ਼ਿਵ ਸੈਨਾ ਆਗੂ ਸੀ ਕਿ ਕੋਈ ਹੋਰ ਸੀ। ਜੀ ਪੜੀ ਸਾਹਿਬ, ਲੁਧਿਆਣੇ ਦੇ ਵਿੱਚ ਇੱਕ 9 ਸਾਲਾ ਬੱਚੀ ਨਾਲ ਕੀਤਾ ਗਿਆ ਬਲਾਤਕਾਰ, ਦੋਸ਼ੀ ਗ੍ਰਿਫਤਾਰ ਹੈ ਜੀ ਤੇ ਲੜਕੀ ਇਸ ਵੇਲੇ ਹਸਪੀਟਲ ਦੇ ਵਿੱਚ ਦਾਖਲ ਹੈ ਜੀ, ਕੀ ਖਬਰ ਆ ਰਹੀ ਹੈ ਜੀ ਇਸਦੀ? ਜਿੱਥੇ ਅਸੀਂ ਲੁਧਿਆਣੇ ਨੂੰ ਪੰਜਾਬ ਦਾ ਮਾਨਚੈਸਟਰ ਕਹਿੰਦੇ ਹਾਂ,
ਜਿਨ੍ਹਾਂ ਲੋਕਾਂ ਨੇ ਅੱਜ ਤੋਂ 20 ਸਾਲ ਜਾਂ 30 ਸਾਲ ਜਾਂ 40 ਸਾਲ ਪਹਿਲਾਂ ਲੁਧਿਆਣੇ ਜਾ ਕੇ ਕੋਈ ਛੋਟੀ ਜਿਹੀ ਇੱਕ ਦੀ ਮਸ਼ੀਨ ਲਾਈ ਸੀ, ਅੱਜ ਉਹ ਵੱਡੀਆਂ ਵੱਡੀਆਂ ਫੈਕਟਰੀਆਂ ਦੇ ਮਾਲਕ ਬਣੇ। ਲੁਧਿਆਣਾ ਵਾਕਿਆ ਸਾਡੀ ਇੰਡਸਟਰੀ ਦੀ ਹੱਬ ਬਣ ਚੁੱਕਿਆ ਇਸ ਵੇਲੇ। ਬਿਲਕੁਲ ਬਿਲਕੁਲ। ਲੇਕਿਨ ਉੱਥੋਂ ਬਕਾਇਦਾ ਤੌਰ ਤੇ ਸਾਡਾ ਵਾਤਾਵਰਨ ਜਿਹੜਾ ਬਹੁਤ ਖਰਾਬ ਹੋ ਚੁੱਕਾ, ਬਹੁਤ ਸਾਰੇ ਦਰਖਤ, ਬਹੁਤ ਸਾਰੀਆਂ ਅਸੀਂ ਜ਼ਮੀਨਾਂ ਜਿਹੜੀਆਂ ਅਸੀਂ ਉਹ ਕੰਕਰੀਟ ਦੇ ਜੰਗਲਾਂ ਦਾ ਉਸਾਰਤੀਆਂ, ਲੇਕਿਨ ਜ਼ਮੀਨਾਂ ਨਹੀਂ ਰਹੀਆਂ। ਚਲੋ ਉਹਨਾਂ ਦੀ ਵੀ ਲੋੜ ਸੀ। ਹੁਣ ਇੱਕ 9 ਸਾਲਾ ਬੱਚੀ ਮਤਲਬ ਕ੍ਰਾਈਮ ਦੀ ਵੀ ਹੱਬ ਬਣ ਗਿਆ। ਰੋਜ਼ ਤੁਹਾਨੂੰ ਇਹੋ ਜਿਹੀਆਂ 2-4 ਖ਼ਬਰਾਂ ਲੁਧਿਆਣੇ ਚੋਂ ਮਿਲ ਜਾਣਗੀਆਂ। ਇੱਕ 9 ਸਾਲਾ ਬੱਚੀ ਆ, ਉਹਦੀ ਮਾਂ ਉਹਨੂੰ ਭੇਜਦੀ ਆ ਪੈਸੇ ਲੈ ਤੇ ਦੁਕਾਨ ਤੋਂ ਜਾ ਕੇ ਬਕਾਇਦਾ ਤੌਰ ਤੇ ਜਿਹੜਾ ਆ ਸਾਬਣ ਲੈ ਗਿਆ। ਉਹ ਸਾਬਣ ਲੈ ਜਾਂਦੀ ਆ ਤੇ 9 ਸਾਲਾ ਬੱਚੀ ਜਿਹੜਾ ਦੁਕਾਨ ਤੇ ਬੈਠਾ ਵਾ ਨੌਜਵਾਨ, ਉਹ ਵਰਗਲਾ ਕੇ ਜਿਹੜਾ ਸੀ ਉਹਨੂੰ ਪਿਛਲੇ ਪਾਸੇ ਲੈ ਜਾਂਦਾ ਤੇ ਉਹਦਾ ਕੁਕਰਮ ਵੀ ਕਰਦਾ, ਉਹਦਾ ਬਲਾਤਕਾਰ ਵੀ ਕਰਦਾ। ਜਦੋਂ ਕੁੜੀ ਨਹੀਂ ਲੱਭਦੀ ਤੇ ਉਹਦੀ ਮਾਂ ਦੁਕਾਨ ਤੇ ਜਾਂਦੀ ਹੈ ਤੇ ਪੁੱਛਦੀ ਕੁੜੀ ਕਿੱਥੇ, ਮੇਰੀ ਤੇ ਸਾਬਣ ਲੈਣ ਆਈ ਸੀ, ਤੇ ਉਹਨੂੰ ਧੱਕਾ ਮਾਰ ਕੇ ਭੱਜ ਜਾਂਦਾ। ਉਹਨੂੰ ਸ਼ੱਕ ਪੈਂਦਾ ਕੋਈ ਗੜਬੜ ਆ। ਇਹਦਾ ਮੇਨ ਟਾਈਮ ਉਹ ਲੜਕੀ ਕਿਸੇ ਤਰੀਕੇ ਨਾਲ ਘਰ ਪੁੱਜ ਜਾਂਦੀ ਤੇ ਆਪਣੀ ਸਾਰੀ ਹਕੀਕਤ ਮਾਂ ਨੂੰ ਦੱਸ ਦਿੰਦੀ ਆ। ਜਦੋਂ ਮਾਂ ਨੂੰ ਦੱਸਦੀ ਆ ਤੇ ਉਹ ਕੁੜੀ ਨੂੰ ਤੇ ਹੋਸਪਿਟਲ ਪੁਲਿਸ ਐਡਮਿਟ ਕਰਾ ਦਿੰਦੀ ਹੈ, ਲੇਕਿਨ ਉਸ ਵਿਅਕਤੀ ਦੇ ਖਿਲਾਫ਼ ਜਿਹੜੇ ਸੀ ਲੋੜੀਂਦੀ ਹੈ ਧਾਰਾ ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਜਾਂਦਾ। ਪੁਲਿਸ ਉਹਨੂੰ ਗ੍ਰਿਫ਼ਤਾਰ ਕਰ ਲਿਆ ਵਾ, ਅਗਲੀ ਪੁੱਛ ਪੜਚਾ ਚੱਲੇਗੀ। ਹਾਲੀ ਪਤਾ ਵੀ ਇਸ ਗੱਲ ਦਾ ਹੈਗਾ ਵੀ ਨਾਬਾਲਗ ਨਾਲ ਬਲਾਤਕਾਰ ਦੇ ਕੇਸ ਦੇ ਵਿੱਚ ਫਾਂਸੀ ਤੋਂ ਲੈ ਕੇ ਤੇ ਉਮਰ ਕੈਦ ਦੀ ਸਜ਼ਾ ਵੀ ਘੱਟ ਨਹੀਂ ਹੈ। ਲੇਕਿਨ ਫੇਰ ਵੀ ਲੋਕਾਂ ਦੇ ਵਿੱਚ ਮੈਂ ਕਹੂੰਗੀ ਸਾਡੀ ਪ੍ਰਚਾਰ ਦੀ ਘੱਟ, ਲੋਕਾਂ ਨੂੰ ਅਸੀਂ ਆਪਣੇ ਅਧਿਆਤਮਿਕ ਤਰੀਕੇ ਨਾਲ ਸਮਾਜਿਕ ਤਰੀਕੇ ਨਾਲ ਕਨਵਿੰਸ ਕਰਨ 'ਚ ਬਿਲਕੁਲ ਪਿੱਛੇ ਰਹਿ ਗਏ। 1,11,895 ਡੇਰੇ ਨੇ ਪੰਜਾਬ 'ਚ ਜਿਹੜੇ ਕਹਿੰਦੇ ਅਸੀਂ ਅਧਿਆਤਮਿਕ ਦਾ ਪ੍ਰਚਾਰ ਕਰਦੇ। ਲੇਕਿਨ ਜੇ ਇੰਨੇ ਵੱਡੇ ਡੇਰੇ ਹੋਣ ਦੇ ਬਾਵਜੂਦ ਵੀ ਪੰਜਾਬ ਦੇ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਵਾ, ਤੇ ਫਿਰ ਉਹਨਾਂ ਡੇਰਿਆਂ ਨੂੰ ਆਪਣੀ ਗਿਰੇਬੰਦ ਝਾਤੀ ਮਾਰਨੀ ਚਾਹੀਦੀ ਵੀ ਉਹਨਾਂ ਅਧਿਆਤਮਿਕ ਪ੍ਰਚਾਰ ਕਿੱਥੇ ਆ, ਉਹਨਾਂ ਦਾ ਸਮਾਜਿਕ ਪ੍ਰਚਾਰ ਕਿੱਥੇ, ਉਹਨਾਂ ਦਾ ਨੈਤਿਕ ਪ੍ਰਚਾਰ ਕਿੱਥੇ ਆ ਜੀ। 905-813-1320 905-813-1320 ਤੁਸੀਂ ਆਪਣੇ ਸਵਾਲ ਕਰ ਸਕਦੇ ਹੋ, ਤੁਹਾਡੇ ਕੋਲ ਟਾਈਮ ਹੈਗਾ ਜੀ, ਤੁਸੀਂ ਕਾਲ ਕਰ ਸਕਦੇ ਹੋ। ਮਨਪ੍ਰੀਤ ਸਿੰਘ ਬਾਦਲ ਜੀ ਨੇ ਇੱਕ ਵੀਡੀਓ ਜਾਰੀ ਕੀਤੀ, ਕਹਿੰਦੇ ਆਪਣੇ ਸਮਰਥਕਾਂ ਨੂੰ ਬੀਜੇਪੀ ਉਮੀਦਵਾਰ ਦੀ ਮਦਦ ਕਰਨ ਲਈ ਕਿਹਾ ਜੀ, ਕੀ ਖਬਰ ਆ ਰਹੀ ਹੈ ਪਾਟੀ ਸਾਹਿਬ? ਇਹ ਵੀ ਪੰਜਾਬ ਦਾ ਗਲਬ ਆ ਜੀ, ਠੀਕ। ਹਰ ਗੱਲ ਸ਼ੇਅਰ ਨਾ ਕਰਨੀ, ਹਰ ਗੱਲ ਵਿਅੰਗ ਨਾ ਕਰਨੀ। ਜਦੋਂ ਵਿੱਤ ਮੰਤਰੀ ਸੀ, ਇਸ ਪਿਓ ਦੇ ਪੁੱਤ ਨੇ ਬਕਾਇਦਾ ਤੌਰ ਤੇ ਕਦੀ ਵੀ ਨਹੀਂ ਇਹ ਗੱਲ ਕਹੀ ਸੀ ਕਿ ਸਾਡੇ ਕੋਲ 4 ਪੈਸੇ ਹੈਗੇ, ਹਮੇਸ਼ਾ ਹੀ ਖਜ਼ਾਨਾ ਖਾਲੀ। ਤੇ ਜੇ ਕੋਈ ਚਲੇ ਗਿਆ ਮਿਲਣ ਵਾਸਤੇ ਚਲੇ ਗਿਆ ਤੇ ਉਹਨੂੰ ਪਾਣੀ ਪਿਆ ਦਿੱਤਾ ਤੇ ਕਹਿਤਾ ਹਜ਼ੂਰ ਮੈਂ ਤੁਹਾਨੂੰ ਚਾਹ ਨਹੀਂ ਪਿਆ ਸਕਦਾ ਕਿ ਉਹ ਖਜ਼ਾਨਾ ਖਾਲੀ। ਤੇ ਜਿਸ ਤਰੀਕੇ ਨਾਲ ਆਪਣੇ ਖਰਚੇ ਕੀਤੇ ਸੀ, ਜੇ ਉਹਦਾ ਲੇਖਾ ਜੋਖਾ ਕੀਤਾ ਜਾਵੇ ਤੇ ਫਿਰ ਖਜ਼ਾਨਾ ਤੇ ਲੱਗਦਾ ਨੁੱਕ ਨੁੱਕ ਭਰਿਆ ਹੋਏਗਾ। ਹੁਣ ਮਨਪ੍ਰੀਤ ਬਾਦਲ ਨੇ ਆਪਣੀ ਸਿਆਸਤ 'ਚ ਬਕਾਇਦਾ ਤੌਰ ਤੇ ਅਕਾਲੀ ਦਲ ਤੋਂ ਸ਼ੁਰੂ ਕੀਤੀ ਤੇ ਮੁੜ ਕੇ ਇਹ ਚਲੇ ਗਏ, ਇਹਨਾਂ ਆਪਣੀ PPP ਪਾਰਟੀ ਬਣਾ ਲਈ। ਉਹ ਪਾਰਟੀ ਬਣਾਉਣ ਤੋਂ ਬਾਅਦ ਜਿਸ ਤਰੀਕੇ ਨਾਲ ਉਹਦਾ ਨਿਹੰਗ ਦੇ ਬਾਟੇ ਵਾਂਗੂ ਉਹ ਮਾਂਜੀ ਗਈ, ਫਿਰ ਉਹਨੂੰ ਕਾਂਗਰਸ ਜਾਣਾ ਪੈ ਗਿਆ। ਜਦੋਂ ਕਾਂਗਰਸ ਜਾਂਦੇ ਆ ਤੇ ਬੜਾ ਧੰਨਵਾਦ ਕਰਦੇ ਆ ਵੀ ਰਾਹੁਲ ਗਾਂਧੀ ਦਾ ਮੈਂ ਬਹੁਤ ਧੰਨਵਾਦੀ ਹਾਂ, ਤੇ ਵੇਖੋ ਮੈਨੂੰ ਥੋੜੇ ਸਮੇਂ 'ਚ ਵਿੱਤ ਮੰਤਰੀ ਵੀ ਬਣਾ ਦਿੱਤਾ, ਮੈਨੂੰ ਸ਼ਾਮਲ ਵੀ ਕਰ ਲਿਆ, ਮੈਂ ਬਹੁਤ ਧੰਨਵਾਦੀ ਹਾਂ। ਇਹ ਮੇਰਾ ਆਖਰੀ ਪੜਾਅ ਵਾ, ਇਸ ਤੋਂ ਅੱਗੇ ਹੁਣ ਕਿਸੇ ਪਾਰਟੀ 'ਚ ਨਹੀਂ ਜਾਊਂਗਾ ਮੈਂ।
ਲੇਕਿਨ ਉਸ ਸਾਡੇ ਜਿਹੜੇ ਪੰਜਾਬ ਦੇ ਗਾਲਬ ਸਾਹਿਬ ਸੀਗੇ ਉਹਨਾਂ ਨੇ ਉਸ ਪੜਾਅ ਨੂੰ ਵੀ ਕਲੰਕਿਤ ਕੀਤਾ ਤੇ ਉਹਨਾਂ ਨੂੰ ਛੱਡ ਕੇ ਇਹ ਭਾਜਪਾ ਸ਼ਾਮਿਲ ਹੋ ਗਏ। ਭਾਜਪਾ ਦੇ ਸਰੂਪ ਚੰਦ ਸਿੰਗਲਾ ਜਿਹੜੇ ਭਾਜਪਾ ਦੇ ਬਠਿੰਡਾ ਦੇ ਜ਼ਿਲ੍ਹਾ ਪ੍ਰਧਾਨ ਨੇ ਜਦੋਂ 2022 ਦੀਆਂ ਚੋਣਾਂ ਉਹ ਅਕਾਲੀ ਦਲ ਵੱਲੋਂ ਲੜਦੇ ਨੇ ਉਸ ਟਾਈਮ ਤੇ ਮਨਪ੍ਰੀਤ ਸਿੰਘ ਬਾਦਲ ਜਿਹੜਾ ਉਹ ਕਾਂਗਰਸ ਵੱਲੋਂ ਲੜਦਾ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਆਦੇਸ਼ਾਂ ਦੇ ਜਿੰਨੇ ਅਕਾਲੀ ਹੁੰਦੇ ਆ ਉਹ ਸਾਰੇ ਮਨਪ੍ਰੀਤ ਦੀ ਮਦਦ ਤੇ ਖੜੇ ਹੁੰਦੇ ਆ ਤੇ ਜਦੋਂ ਸਰੂਪਨ ਸਿੰਗਲਾ ਉਹਨੂੰ ਕਹਿੰਦਾ ਭਾਈ ਤੁਸੀਂ ਇਹ ਕਰ ਕੀ ਰਹੇ ਹੋ ਉਹ ਕਹਿੰਦੇ ਭਾਈ ਮੈਂ ਤੁਸੀਂ ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਜ਼ਰੂਰ ਹੋ ਲੇਕਿਨ ਸਾਨੂੰ ਹਾਈਕਮਾਂਡ ਦੇ ਹੁਕਮ ਆ ਤੁਸੀਂ ਮਨਪ੍ਰੀਤ ਦੀ ਮਦਦ ਕਰਨ ਕੀ ਕਿਹਾ ਸੀ ਬਾਦਲ ਸਾਹਿਬ ਨੇ ਭਾਈ ਹੁਣ ਅਸੀਂ ਆਪਣਾ ਮੁੰਡਾ ਥੋੜੀ ਹਰਾ ਲੈਣਾ ਭਾਵੇਂ ਕਾਂਗਰਸ ਚ ਬੈਠਾ ਤੇ ਸਰੂਪ ਚੰਦ ਸਿੰਗਲਾ ਨੇ ਫਿਰ ਇਲੈਕਸ਼ਨ ਜਾਂਦੇ ਹੀ ਉਸੇ ਵੇਲੇ ਭਾਜਪਾ ਚਲੇ ਗਏ ਤੇ ਤਰੱਕੀ ਕਰਦੇ ਕਰਦੇ ਉਹ ਬਕਾਇਦਾ ਤੌਰ ਤੇ ਜਿਹੜਾ ਸੀ ਉੱਥੇ ਜ਼ਿਲ੍ਹਾ ਪ੍ਰਧਾਨ ਬਣ ਗਏ। ਮਨਪ੍ਰੀਤ ਬਾਦਲ ਦੀ ਬਕਾਇਦਾ ਤੌਰ ਤੇ ਉਹਨਾਂ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਸੀ ਵੀ ਇਹਨਾਂ ਆਹ ਤਿੰਨ ਪਲਾਟਾਂ ਚ ਘਪਲੇਬਾਜ਼ੀ ਕੀਤੀ ਆ ਜੀ ਇਹ ਕਮਰਸ਼ੀਅਲ ਸੀ ਨੂੰ ਡੋਮੈਸਟਿਕ ਬਣਾ ਕੇ ਜਿਹੜੀ ਇਹ ਚਿਹਰਾਫੇਰੀ ਕੀਤੀ ਉਹਦੀ ਵਿਜੀਲੈਂਸ ਨੇ ਜਾਂਚ ਕੀਤੀ ਤੇ ਉਹਦੀਆਂ ਤਰੀਕਾਂ ਜਿਹੜੀਆਂ ਸੀ ਜੇਬ ਕਤਰਿਆਂ ਵਾਂਗੂ ਮਨਪ੍ਰੀਤ ਬਾਦਲ ਵੀ ਭੁਗਤਦਾ ਰਿਹਾ ਜਾਂਦਾ ਰਿਹਾ। ਪਹਿਲਾਂ ਕਹਿੰਦਾ ਜੀ ਮੇਰੀ ਤੇ ਲੱਕ ਚ ਬਹੁਤ ਦਰਦ ਬਕਾਇਦਾ ਤੌਰ ਤੇ ਉਹ ਪਟਾ ਜਿਹਾ ਪਾ ਕੇ ਲੱਕ ਨੂੰ ਫਿਰ ਪੇਸ਼ ਹੋਇਆ ਸੀ ਕਾਫੀ ਦਿਨਾਂ ਬਾਅਦ ਜਦੋਂ ਹਾਈਕੋਰਟ ਤੋਂ ਬੇਲ ਮਿਲ ਗਈ ਸੀ ਪਹਿਲਾਂ ਪੇਸ਼ ਹੀ ਨਹੀਂ ਹੋਇਆ ਜੀ ਮੁੜ ਕੇ ਇਹ ਵੀ ਬਕਾਇਦਾ ਤੌਰ ਤੇ ਭਾਜਪਾ ਚਲੇ ਜਾਂਦੇ ਤੇ ਸਰੂਪ ਚੰਦ ਸਿੰਗਲਾ ਕਹਿੰਦਾ ਮੈਂ ਉਹ ਬਕਾਇਦਾ ਤੌਰ ਤੇ ਆਪਣੀ ਸ਼ਿਕਾਇਤ ਵਾਪਸ ਨਹੀਂ ਲਊਗਾ ਮੇਰੀ ਸ਼ਿਕਾਇਤ ਬਰਕਰ ਰਹੇਗੀ। ਹੁੰਦਾ ਕੀ ਹੁਣ ਇਹ ਘਰ ਬੈਠੇ ਨੇ ਤੇ ਜਿਹੜੇ ਇਹਨਾਂ ਦੇ ਸਾਥੀ ਨੇ ਉਹਨਾਂ ਨੇ ਇੰਨੀ ਗੱਲ ਕਹੀ ਭਾਈ ਸਾਨੂੰ ਅਜੇ ਸਾਡੇ ਆਗੂ ਦੇ ਕੋਈ ਨਿਰਦੇਸ਼ ਨਹੀਂ ਮਿਲੇ ਵੀ ਤੁਸੀਂ ਮਦਦ ਕਿਹਦੀ ਕਰਨੀ। ਬਠਿੰਡੇ ਤੋਂ ਅਕਾਲੀ ਦਲ ਦੀ ਉਮੀਦਵਾਰ ਜੀ ਇਹਨਾਂ ਦੀ ਭਰਜਾਈ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਧਰਮ ਪਤਨੀ ਬੀਬੀ ਹਰਸਿਮਰਤ ਕੌਰ ਬਾਦਲ ਆ। ਦੂਜੇ ਪਾਸੇ ਭਾਜਪਾ ਦੀ ਆਗੂ ਪਰਮਪਾਲ ਕੌਰ ਸਿੱਧੂ ਆ ਜਿਹੜੀ ਮਲੂਕਾ ਸਾਹਿਬ ਜਿਹੜੇ ਅਕਾਲੀ ਆਗੂ ਉਹਨਾਂ ਦੀ ਨੋਂ ਆ। ਹੁਣ ਇਹਨਾਂ ਨੂੰ ਚਿੱਠੀ ਲਿਖੀ ਉਹਨਾਂ ਨੇ ਬਕਾਇਦਾ ਚਿੱਠੀ ਲਿਖ ਕੇ ਇੰਨੀ ਗੱਲ ਕਹੀ ਵੀ ਵੇਖੋ ਜੀ ਮੰਤਰੀ ਬਾਲ ਸਿੰਘ ਜੀ ਤੁਸੀਂ ਮੇਰੇ ਖਿਆਲ ਕਾਫੀ ਹੱਦ ਤੱਕ ਜਿਹੜੇ ਠੀਕ ਠਾਕ ਹੋ ਗਏ ਤੇ ਤੁਹਾਨੂੰ ਮੇਰੇ ਖਿਆਲ ਕਾਫੀ ਹੱਦ ਤੱਕ ਰਾਹਤ ਵੀ ਮਿਲੀ ਆ ਤੇ ਮਿਹਰਬਾਨੀ ਕਰਕੇ ਆਪ ਆਪਣੇ ਮੈਦਾਨੇ ਜੰਗ ਚਾਹੋ ਤੇ ਆਪਣਾ ਜਿਹੜਾ ਪਾਰਟੀ ਦਾ ਉਮੀਦਵਾਰ ਉਹਦੇ ਹੱਕ ਚ ਪ੍ਰਚਾਰ ਕਰੋ ਜੀ। ਜੇ ਤੁਸੀਂ ਪ੍ਰਚਾਰ ਨਹੀਂ ਕਰਦੇ ਤੇ ਇਹਦੇ ਕਈ ਪ੍ਰਕਾਰ ਦੇ ਫਿਰ ਸ਼ੰਕੇ ਪੈਦਾ ਹੋਣਗੇ ਤੇ ਜਿਹੜੇ ਤੁਹਾਡੇ ਵਿਅਕਤੀ ਸਾਥੀ ਇਹ ਕਹਿ ਰਹੇ ਨੇ ਵੀ ਸਾਡੇ ਆਗੂ ਦਾ ਸਾਨੂੰ ਅਜੇ ਕੋਈ ਨਿਰਦੇਸ਼ ਨਹੀਂ ਤੇ ਫਿਰ ਇੱਕ ਵੀਡੀਓ ਜਾਰੀ ਕਰਕੇ ਕਹਿੰਦੇ ਜੀ ਮੇਰਾ ਤੇ ਇੱਕ ਹੋਰ ਆਪਰੇਸ਼ਨ ਹੋਣਾ ਅਜੇ ਮੈਂ ਤੇ ਆਦਿ ਲਿਖਣ ਮੈਂ ਆਪਣੇ ਸਾਥੀਆਂ ਨੂੰ ਅਪੀਲ ਕਰਦਾ ਵੀ ਉਹ ਆਪਣੇ ਪਾਰਟੀ ਉਮੀਦਵਾਰ ਦੀ ਮਦਦ ਕਰਨ। ਇਸ ਕਰਕੇ ਮਨਪ੍ਰੀਤ ਸਿੰਘ ਬਾਦਲ ਉਹੀ ਆਪਣੀਆਂ ਜਿਹੜੀਆਂ ਪੁਰਾਣੀਆਂ ਉਹਨਾਂ ਦੀਆਂ ਕੂੜ ਚਾਲਾਂ ਸੀ ਉਹਨਾਂ ਤੇ ਚਲੀ ਜਾਂਦੇ ਨੇ ਲੇਕਿਨ ਅੱਜ ਦੀ ਡੇਟ ਦੇ ਵਿੱਚ ਵੀ ਉਹ ਆਮ ਹੀ ਆਮ ਜਿਹੜਾ ਭਾਜਪਾ ਦਾ ਉਮੀਦਵਾਰ ਹੀ ਬੀਬੀ ਪਰਮਪਾਲ ਕੌਰ ਉਹਦੇ ਹੱਕ ਚ ਕੋਈ ਪ੍ਰਚਾਰ ਨਹੀਂ ਜੀ ਕੋਈ ਟਵੀਟ ਨਹੀਂ ਕੁਛ ਜੀ। ਪਟੀ ਸਾਹਿਬ ਸਾਰੀਆਂ ਕਾਲਾਂ ਫਲੈਸ਼ ਕਰ ਰਹੇ ਨੇ ਆਪਾਂ ਲੈ ਲਈਏ ਕਾਲ ਫਿਰ ਆਪਾਂ ਇਸ ਨੂੰ ਗਾਂ ਤੋੜਦੇ। ਸਤਿ ਸ੍ਰੀ ਅਕਾਲ ਕਾਲਰ। ਹੈਲੋ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਅਰਸ਼ੀ। ਸਤਿ ਸ੍ਰੀ ਅਕਾਲ ਪੱਟੀ ਸਾਹਿਬ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਸਰ। ਮੇਰਾ ਜੀ ਮੇਰਾ ਸਵਾਲ ਹੈਗਾ ਕਿ ਖਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਕੀ ਹਵਾ ਹੈਗੀ ਹੈ, ਮਤਲਬ ਕੀ ਹਾਲਾਤ ਹੈ ਚੱਲ ਰਹੇ ਉੱਥੇ। ਤੇ ਇੱਕ ਦੂਜਾ ਸ਼ਾਇਦ ਤੁਹਾਨੂੰ ਜਾਣਕਾਰੀ ਹੋਵੇ, ਆਪਣਾ ਇੱਕ ਸੋਸ਼ਲ ਮੀਡੀਆ ਦਾ ਕਲਾਕਾਰ ਹੈਗਾ ਨੀਤੂ ਛੱਟਾਂ ਵਾਲਾ,
ਪਿਛਲੀ ਵਾਰੀ 4000 ਵੋਟਾਂ ਲੈ ਗਏ ਸੀ, ਇਸ ਵਾਰ ਜੇ ਤੁਹਾਡੇ ਕੋਲ ਜਾਣਕਾਰੀ ਹੈਗੀ ਤਾਂ ਦੱਸ ਦਿਓ ਕੀ ਉਹਦੇ ਕੀ ਹਾਲਾਤ ਹੈਗੇ। ਜੀ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਜੀ। ਵੇਖੋ ਜੀ, ਨੀਟੂ ਛੱਟਣ ਦੇ ਹਾਲਾਤ ਜਿੱਦਾਂ ਦੇ ਹੈਗੇ ਹੋ ਤੁਹਾਨੂੰ ਪਤਾ ਹੀ, ਕਿੰਨੀ ਕੁ ਵੋਟ ਲੈ ਜੂਗਾ। ਪਹਿਲੀ ਵਾਰੀ ਪਾਪੂਲਰ ਉਦੋਂ ਹੋਇਆ ਸੀ ਜਦੋਂ ਉਹਨੇ ਇੰਨੀ ਗੱਲ ਕਹੀ ਸੀ ਮੇਰੇ ਘਰ ਦੀਆਂ ਇੰਨੇ ਵੋਟਾਂ ਮੈਨੂੰ ਤੋਂ ਵੀ ਨੀ ਪਈਆਂ, ਬਿਲਕੁਲ ਉੱਥੋਂ ਪਾਪੂਲਰ ਹੋਇਆ ਸੀ ਮਾੜਾ ਮੋਟਾ, ਤੇ ਮੁੜ ਕੇ ਆਉਂਦਾ ਸੀ ਮੇਰੀ ਘਰਵਾਲੀ ਜਿਹੜੀ ਆ ਉਹ ਜਲੰਧਰ ਤੋਂ ਚੋਣ ਲੜੇਗੀ ਤੇ ਮੈਂ ਅੰਮ੍ਰਿਤਸਰ ਤੋਂ ਲੜੂ। ਕੀ ਬਾਤ, ਲੜਨੀ ਚਾਹੀਦੀ ਹੈ ਵੀ, ਲੜੇ ਕੋਈ ਗੱਲ ਨੀ ਜੀ। ਇਸ ਕਰਕੇ ਉਹਦਾ ਕੋਈ ਭਵਿੱਖ ਬਹੁਤਾ ਬ੍ਰਾਈਟ ਨਹੀਂ ਲੱਗਦਾ। ਇਹ ਆ ਵੀ ਇੱਕ ਥੋੜਾ ਜਿਹਾ ਜਿਹੜਾ ਸਾਡੀ ਜਿਹੜੀ ਆ ਚੋਣ ਆ ਉਹਨੂੰ ਰੰਗੀਲੀ ਜ਼ਰੂਰ ਬਣਾ ਦਿੰਦਾ ਉਹ ਆ ਕੇ ਉੱਥੇ ਗੱਲਾਂ ਬਾਤਾਂ ਕਰਕੇ, ਬਾਕੀ ਉਹਦਾ ਕੋਈ ਭਵਿੱਖ ਪਤਾ ਹੈ ਨੀ। ਦੂਸਰੀ ਚੀਜ਼ ਗੱਲ ਕੀਤੀ ਤੁਸੀਂ ਬੇਕਾਇਦਾ ਤੌਰ ਤੇ ਤਰਨ ਤਾਰਨ, ਤਰਨ ਤਾਰਨ ਤੋਂ ਇਸ ਵੇਲੇ ਜਿਹੜਾ ਵਾ ਬਾਕੀ ਉਮੀਦਵਾਰਾਂ ਨੂੰ ਪ੍ਰਚਾਰ ਦੇ ਵਿੱਚ ਵੀ ਤੇ ਲੋਕਾਂ ਦੇ ਹਰਮਨ ਪਿਆਰਤਾ ਦੇ ਵਿੱਚ ਵੀ ਭਾਈ ਅੰਮ੍ਰਿਤਪਾਲ ਸਿੰਘ ਜਿਹੜਾ ਵਾ ਅੱਗੇ ਚੱਲ ਰਿਹਾ ਜੀ। ਇੰਨੀ ਗੱਲ ਨੀ ਬਾਕੀ ਉਮੀਦਵਾਰ ਵੀ ਕਰ ਰਹੇ, ਬਾਕੀ ਉਮੀਦਵਾਰ ਕੋਲ ਕੇਡਰ ਵੋਟ ਹੈਗਾ, ਕਿਸੇ ਕੋਲ ਥੋੜਾ ਕਿਸੇ ਕੋਲ ਬਹੁਤਾ, ਲੇਕਿਨ ਇਹ ਪੰਥਕ ਸੀਟ ਰਹੀ ਆ ਤੇ ਪੰਥ ਦੀ ਝੋਲੀ ਚ ਪੈਣੀ ਆ, ਤੇ ਭਾਵੇਂ ਇਹ ਅਕਾਲੀ ਦਲ ਦੀ ਝੋਲੀ ਚ ਪਵੇ ਤੇ ਭਾਵੇਂ ਇਹ ਪਵੇ ਭਾਈ ਅੰਮ੍ਰਿਤਪਾਲ ਦੇ। ਲੇਕਿਨ ਅੱਜ ਦੀ ਡੇਟ ਦੇ ਵਿੱਚ ਜਿਹੜਾ ਮਾਈਕ ਚੋਣ ਨਿਸ਼ਾਨ ਮਿਲਿਆ ਉਹਨੂੰ ਤੇ ਲੋਕਾਂ ਨੇ ਆਇਆ ਵੀ ਆਹ ਮਾਈਕ ਤੇ ਆ ਕੇ ਬੋਲੋ ਤੇ ਭਾਈ ਅੰਮ੍ਰਿਤਸਰ ਬਾਰੇ ਦੱਸੋ ਕੀ ਕਹਿਣਾ ਚਾਹੁੰਦੇ। ਹੁਣ ਸਰਦਾਰ ਵਿਰਸਾ ਸਿੰਘ ਮਟੋਆ ਇਹ ਕਹਿੰਦੇ ਆ ਵੀ ਜਿੰਨੀਆਂ ਜੇਲਾਂ ਮੈਂ ਕੱਟੀਆਂ ਨੇ, NSA ਮੇਰੇ ਤੇ ਵੀ ਲੱਗੀ ਸੀਗੀ ਤੇ ਮੇਰੀ ਤੇ ਕਿਸੇ ਸੁਣਵਾਈ ਨੀ ਕੀਤੀ, ਤੇ ਤੁਸੀਂ ਇਹਨੂੰ ਵੋਟਾਂ ਪਾਈ ਜਾਂਦੇ। ਭਾਈ ਤੁਹਾਨੂੰ ਅਗਲਿਆ 3 ਵਾਰੀ MLA ਬਣਾਇਆ, ਤੁਸੀਂ ਪਾਰਲੀਮੈਂਟ ਦੇ ਸੈਕਟਰੀ ਬਣੇ, ਤੁਸੀਂ SS ਬੋਰਡ ਦੇ ਮੈਂਬਰ ਰਹੇ, ਜੋ ਕੁਝ ਤੁਸੀਂ ਕੀਤਾ ਸਭ ਨੂੰ ਪਤਾ। ਅੱਜ ਜਿੰਨੀ ਪ੍ਰਾਪਰਟੀ ਦੇ ਤੁਸੀਂ ਮਾਲਕ ਹੋ, ਜੇ ਕਿਤੇ ਪੂਰੀ ਤਰ੍ਹਾਂ ਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਤੇ ਤੁਹਾਡੀ ਬਿੱਲੀ ਸਾਰੀ ਥੱਲੇ ਬਾਹਰ ਆ ਜਾਓ। ਰਾਈਟ, ਭਾਈ ਅੰਮ੍ਰਿਤਪਾਲ ਨੇ ਆਪਣੀ ਜਿਹੜੀ ਚੋਣ ਜਿਹੜਾ ਨੋਮੀਨੇਸ਼ਨ ਪੱਤਰ ਆ ਉਹਦੇ ਵਿੱਚ ਇਹਨਾਂ ਨੇ ਕਿਹਾ ਜੀ ਉਹਦਾ ਫੋਨ ਨੰਬਰ ਅੱਜ ਵੀ ਚੱਲਦਾ ਜਿਹੜਾ ਡਬਈ ਵਾਲਾ ਸੀ, ਇਹਨੇ ਉਹਦਾ ਦਰਜ ਕੋਈ ਨੀ ਕੀਤਾ। ਉਹ ਕਹਿੰਦੇ ਉਹਦੀ ਲੋੜ ਕੀ ਹੈ, ਜਿਹੜਾ ਬੰਦੇ ਨੇ ਆਪਾਂ ਲਿਖਿਆ ਜੀ ਮੇਰਾ ਐਡਰੈਸ ਡਿਬੜੂਗੜ੍ਹ ਜੇਲ੍ਹ ਆ, ਤੁਹਾਡੇ ਕੋਲ ਕੋਈ ਮੋਬਾਈਲ ਹੈਗਾ? ਨਹੀਂ ਹੈਗਾ। ਤੁਹਾਡੇ ਕੋਲ ਪੈਸੇ ਕਿੰਨੇ ਆ? ਜੀ ਮੇਰੇ 1000 ਰੁਪਇਆ ਖਾਤੇ 'ਚ ਹੈਗਾ। ਮੇਰੀ ਘਰ ਵਿੱਚ ਕੋਈ 14 ਲੱਖ ਦੇ ਗਹਿਣੇ ਜ਼ਰੂਰ ਹੈਗੇ, ਲੇਕਿਨ 4,17,000 ਦੀ ਪ੍ਰਾਪਰਟੀ ਸਿਰਫ ਉਹਦੀ UK ਦੇ ਵਿੱਚ, ਉਹਦੇ ਕੋਲ 20,000 ਰੁਪਏ ਤੋਂ ਵੱਧ ਕੁਛ ਨਹੀਂ ਹੈਗਾ। ਬਾਕੀ ਜਿਹੜੀ ਜਾਇਦਾਦ ਦੀ ਗੱਲ ਆ ਉਹ ਮੇਰੇ ਬਾਪ ਜਾਣੇ ਤੇ ਮੇਰਾ ਬਾਕੀ ਪਰਿਵਾਰ ਜਾਣੇ, ਉਹਨਾਂ ਕੋਲ ਹੋਏਗੀ, ਮੇਰੇ ਕੋਲ ਤਾਂ ਕੁਛ ਨਹੀਂ। ਭਾਈ ਅੰਮ੍ਰਿਤਪਾਲ ਦੇ ਹੱਕ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਨੌਜਵਾਨ ਜਿਹੜੇ ਆਪਣੇ ਤਰੀਕੇ ਨਾਲ ਪ੍ਰਚਾਰ ਕਰ ਰਹੇ, ਜਿਵੇਂ ਫਰਜ ਕੀਤਾ ਕਿ ਬੱਸ ਖਲੋ ਗਈ ਹੈ ਨਾ ਆ ਕੇ ਬੱਸ ਅੱਡੇ ਤੇ, ਸਵਾਰੀਆਂ ਚੜ੍ਹਦੀਆਂ, ਇੱਕ ਬੰਦਾ ਜਾ ਕੇ ਉੱਥੇ ਪ੍ਰਚਾਰ ਕਰਦਾ ਵੀ ਜੇ ਤੁਸੀਂ ਵਾਕਈ ਆਪਣੇ ਗੁਰੂ ਪੰਥ ਦੇ ਗੁਰੂ ਗ੍ਰੰਥ ਨੂੰ ਸਮਰਪਿਤ ਹੋ ਤੇ ਭਾਈ ਅੰਮ੍ਰਿਤਪਾਲ ਨੂੰ ਵੋਟ ਪਾਓ ਤਾਂ ਕਿ ਭਾਈ ਅੰਮ੍ਰਿਤਪਾਲ ਨੂੰ ਬਾਹਰ ਲੈਂਦਾ ਜਾਵੇ, ਇਹਨੂੰ ਨਿਰਦੋਸ਼ ਆ, ਬਿਲਕੁਲ ਉਹਨੂੰ ਡਿਬਰੂਗੜ੍ਹ ਜੇਲ੍ਹ ਚ ਬੰਦ ਕੀਤਾ ਗਿਆ ਵਾ। ਇਸ ਕਰਕੇ ਭਾਈ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਚੋਣ ਮੁਹਿੰਮ ਬੜੀ ਚੱਲਦੀ ਆ, ਲੇਕਿਨ ਫੈਸਲਾ ਆਖਿਰਕਾਰ ਸਾਈਲੈਂਟ ਵੋਟਰ ਕਰਦਾ ਹੁੰਦਾ ਜੀ। ਵੈਸੇ ਵੀ ਇਹ 75% ਜਿਹੜੇ ਇਸ ਜਿੱਥੇ ਲੋਕ ਨੇ ਉਹ ਸਿੱਖ ਵਾਸਤੇ ਨੇ ਇਸ ਹਲਕੇ ਦੇ ਵਿੱਚ ਜੀ। ਲੰਦਨ ਨੈਕਸਟ ਕਾਲ ਔਨ ਦੀ 에ਅਰ, ਸਤਿ ਸ਼੍ਰੀ ਅਕਾਲ ਕਾਲਰ। ਵਿਰੁੱਧ ਬੋਲਦਾ ਸੀ, ਹੁਣ ਉਹਦੇ ਵਿਰੁੱਧ ਵੀ ਨੀ ਬੋਲਦਾ, ਮਤਲਬ ਅੰਦਰ ਸੈਟਿੰਗ ਹੋਈ ਹੋਣੀ, ਇਹਦੇ ਬਾਰੇ ਦੱਸਿਓ ਜੀ। ਬਹੁਤ ਬਹੁਤ ਧੰਨਵਾਦ ਜੀ। ਬੜੀ ਸਾਹਿਬ
ਦੇਖੋ ਮੈਂ ਸੋਚਦਾ ਵੀ ਜਿੰਨਾ ਨੁਕਸਾਨ ਕਰਨਾ ਉਹਦੇ ਹਰ ਸਿਮਰਦਾ ਹੀ ਕਰਨਾ, ਜਿਹੜੀ ਉਹਨਾਂ ਨੌਜਵਾਨ ਪੀੜ੍ਹੀ ਜੁੜੀ ਹੈ ਨਾ ਉਹ ਸਾਰੇ ਲੋਕ ਪਿੰਡਾਂ ਦੇ ਲੋਕ ਨੇ, ਕਿੱਥੇ ਜਿਹੜੇ ਕਿਸੇ ਵੇਲੇ ਅਕਾਲੀ ਦਲ ਨੂੰ ਸਮਰਪਿਤ ਸੀ ਉਹ ਲੋਕ ਨੇ। ਲੇਕਿਨ ਤੁਹਾਡੀ ਗੱਲ ਠੀਕ ਹੈ ਵੀ ਜਿੰਨਾ ਖੁੱਲ੍ਹ ਕੇ ਲੱਖਾਂ ਸਦਨਾਂ ਅੱਗੇ ਆਪਣਾ ਪ੍ਰਚਾਰ ਕਰਦਾ ਸੀ ਅੱਜ ਕੱਲ੍ਹ ਥੋੜ੍ਹਾ ਜਿਹਾ ਚੁੱਪ ਹੋ, ਬਹੁਤਾ ਕਿਸੇ ਦਾ ਬੋਲਦਾ ਨਹੀਂ। ਲੇਕਿਨ ਭਾਈ ਅੰਮ੍ਰਿਤਪਾਲ ਦੀ ਜਿਹੜੀ ਹਵਾ ਚੱਲੀ ਆ ਉਹਦਾ ਅਸਰ ਜਾ ਕੇ ਫਰੀਦਕੋਟ 'ਚ ਵੀ ਹੋ ਰਿਹਾ, ਉਹਦਾ ਬਠਿੰਡੇ 'ਚ ਵੀ ਹੋ ਗਿਆ ਅਤੇ ਸੰਗਰੂਰ 'ਚ ਵੀ ਹੋ ਰਿਹਾ। ਤੁਹਾਨੂੰ ਪਤਾ ਹੋਏਗਾ ਫਰੀਦਕੋਟ ਤੋਂ ਭਾਈ ਬੇਅੰਤ ਸਿੰਘ ਜਿਹੜੇ ਸ਼ਹੀਦ ਨੇ ਇੰਦਰਾ ਗਾਂਧੀ ਕਤਲਕਾਂਡ ਦੇ ਵਿੱਚ, ਉਹਨਾਂ ਦਾ ਬੇਟਾ ਸਰਬਜੀਤ ਸਿੰਘ ਖੜਾ ਵਾ। ਅਸੀਂ ਨਹੀਂ ਕਹਿੰਦੇ ਉਹ ਜਿੱਤੇਗਾ, ਲੇਕਿਨ ਉਹ ਵੋਟਾਂ ਦੀ ਗਿਣਤੀ ਜ਼ਰੂਰ ਵਧਾ ਦੇਗਾ। ਭਾਈ ਅੰਮ੍ਰਿਤਪਾਲ ਸਿੰਘ ਦੀ ਹਵਾ ਵਾ ਉਹਦੀ ਵੋਟਾਂ ਦੀ ਗਿਣਤੀ ਵਧਾ ਦੇਗੀ। ਬਾਕੀ ਰਹੀ ਗੱਲ ਜਿਹੜੀ ਆਈਦਰ ਫੋਕਸ ਔਰ ਕਰੁੱਕ, ਅਕਾਲੀ ਦਲ ਨੇ ਉਹ ਸੀਟ ਜਿੱਤਣ ਦੀ ਹਰ ਪ੍ਰਕਾਰ ਦੇ ਹੱਥ ਕੰਡੇ ਬਣਾਉਣੇ, ਉਹਨਾਂ ਜਿੱਤਣੀ ਜ਼ਰੂਰ ਕੋਸ਼ਿਸ਼ ਕਰਨੀ ਆ। ਅਤੇ ਉਮੀਦ ਅੱਜ ਦੀ ਡੇਟ ਦੇ ਵਿੱਚ ਵੀ ਜੇ ਟੱਕਰ ਲੈ ਲਈਏ ਤੇ ਆਪਾਂ ਬਹੁਤਾ ਨਹੀਂ ਕਹਿ ਸਕਦੇ ਤੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਤੇ ਅਕਾਲੀ ਦਲ ਚ ਲੱਗਦੀ ਹੈ। ਜੀ ਆਪਾਂ ਲੈਂਦੇ ਹਾਂ ਜੀ, ਨੈਕਸਟ ਕਾਲ ਆਉਂਦੀ ਹੈ 905-813-1320। ਸਤਿ ਸ਼੍ਰੀ ਅਕਾਲ ਕਾਲਰ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮਨਪ੍ਰੀਤ ਬਾਦਲ ਦੀ ਗੱਲ ਕਰਦੇ ਸੀ ਭੱਟੀ ਸਾਹਿਬ, ਤੇ ਮਨਪ੍ਰੀਤ ਬਾਦਲ ਕੋਲੇ ਨਾ 100 ਸਾਲ ਪੁਰਾਣੀਆਂ, 100 ਤੋਂ ਵੀ ਜ਼ਿਆਦਾ ਗੱਡੀਆਂ ਜਿਹੜੀਆਂ ਜੀਪਾਂ ਜੂਪਾਂ, ਪਤਾ ਨੀ 15-20 ਗੱਡੀਆਂ ਮੈਂ ਵੇਖੀਆਂ ਸੀ ਵੀਡੀਓ ਦੇ ਵਿੱਚ, ਹੋਰ ਪਤਾ ਨੀ ਕੀ ਕੁਛ ਹੋਣਾ। ਤੇ ਊਂ ਕਹਿ ਦਿੰਦੇ ਖਜ਼ਾਨਾ ਖਾਲੀ ਆ, ਪਤਾ ਨੀ ਕਿੰਨੇ ਕਿੰਨੇ ਦੀਆਂ ਉਹ ਮਹਿੰਗੀਆਂ ਗੱਡੀਆਂ ਉਹਨਾਂ ਕੋਲੇ, ਤੇ ਦੂਜੀਆਂ ਤਾਂ ਜਿਹੜੀਆਂ ਹੋਣ ਵਾਲੀਆਂ ਹੋਣੀਆਂ ਉਹ ਤਾਂ ਪਤਾ ਨੀ ਕਿੰਨੀਆਂ ਕੁ ਹੋਣਗੀਆਂ। ਪੰਜਾਬ ਦੇ ਵਿੱਚ ਮੇਰਾ ਖਿਆਲ ਜੀ ਪਤਾ ਨੀ ਕਿੰਨੇ ਕੁ ਸ਼ਮਸ਼ਾਨ ਘਾਟ ਹੋਣਗੇ ਤੇ ਕਿੰਨੇ ਕੁ ਨਹੀਂ ਹੋਣਗੇ। ਜਿਹੜਾ ਬਾਦਲ ਪਿੰਡ ਦਾ ਸ਼ਮਸ਼ਾਨ ਘਾਟ ਆ ਉਹ ਇੰਨਾ ਕੁ ਖੂਬਸੂਰਤ ਬਣਾਇਆ ਗਿਆ ਵੀ ਉੱਤੇ ਲੱਖਾਂ ਦੀ ਕਰੋੜਾਂ ਰੁਪਏ ਖਰਚ ਕੀਤੇ ਹੋਣ, ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਦੋਂ ਇਸ ਦੁਨੀਆਂ ਤੋਂ ਜਾਂਦੇ ਨੇ ਤੇ ਸਾਲ ਕੁ ਪਹਿਲਾਂ ਉੱਥੇ ਜਾਣਾ ਜਾ ਕੇ ਦੇਖਦੇ ਵੀ ਵਾਕਈ ਸ਼ਮਸ਼ਾਨ ਘਾਟ ਬਹੁਤ ਵਧੀਆ ਬਣਿਆ, ਤੇ ਉੱਥੇ ਜਾ ਕੇ ਕਹਿੰਦੇ ਕੀ ਆ, ਕਹਿੰਦੇ ਯਾਰ ਆ ਸ਼ਮਸ਼ਾਨ ਘਾਟ ਵੇਖ ਕੇ ਤੇ ਮਰਨ ਨੂੰ ਜੀ ਕਰਦਾ। ਤੇ ਜਿਹਨਾਂ ਨੇ ਆਪਣੇ ਪਿੰਡ ਦਾ ਸ਼ਮਸ਼ਾਨ ਘਾਟ ਤੇ ਇੰਨੇ ਪੈਸੇ ਲਾ ਤੇ, ਤੇ ਉਹਨਾਂ ਗੁੱਡੀਆਂ ਗੁੱਡੀਆਂ ਤੇ ਬੜੀ ਛੋਟੀ ਗੱਲ ਉਹਨਾਂ ਵਾਸਤੇ ਹੈਗੀ ਹੈ। ਬਿਲਕੁਲ ਬਿਲਕੁਲ, ਬਾਕੀ ਤੁਸੀਂ ਗੱਲ ਠੀਕ ਕਹੀ ਆ, ਵਿਰਾਸਤ ਸੰਭਾਲਣੀ ਚਾਹੀਦੀ ਆ, ਪੁਰਾਣੀਆਂ ਗੱਡੀਆਂ ਕਈਆਂ ਲੋਕਾਂ ਨੇ ਸੰਭਾਲ ਕੇ ਰੱਖੀਆਂ, ਆਪਣੀਆਂ ਗੱਡੀਆਂ ਜੀ ਸਕੂਟਰ ਸੰਭਾਲ ਕੇ ਰੱਖੀਆਂ, ਗੱਡੀਆਂ ਸੰਭਾਲ ਕੇ ਰੱਖੀਆਂ, ਚੰਗੀ ਗੱਲ ਆ। ਲੇਕਿਨ ਇਹਨਾਂ ਕੋਲੇ ਜਿੰਨਾ ਕੁ ਪੈਸਾ ਨਾ ਇਸ ਪਰਿਵਾਰ ਬਾਦਲ ਪਰਿਵਾਰ ਕੋਲੇ, ਥੋਰੋਲੀ ਚੈਕਿੰਗ ਕਰਾ ਲਓ, ਰਾਜਸਥਾਨ ਦੇ ਵਿੱਚ ਇਹਨਾਂ ਕੋਲ 1000 ਏਕੜ ਜ਼ਮੀਨ ਹੈਗੀ, ਹਰਿਆਣੇ 'ਚ ਹੈਗੀ, ਕਿੱਥੇ ਇਹਨਾਂ ਕੋਲ ਜ਼ਮੀਨ ਨਹੀਂ ਹੈਗੀ, ਜਿੱਥੇ ਇਹਨਾਂ ਨੇ ਬਕਾਇਆ ਤੌਰ ਤੇ ਜੰਗਲ ਲਾਇਆ ਉੱਥੇ ਆਪਣਾ ਰਾਜਸਥਾਨ ਦੇ ਵਿੱਚ ਜੀ। ਭੱਟੀ ਸਾਹਿਬ ਆਖਰੀ ਕੁਐਸਚਨ ਫਿਰ ਆਪਾਂ ਵਾਈਂਡ ਅਪ ਕਰਦੇ ਹਾਂ ਜੀ, ਕਹਿੰਦੇ ਮੁੱਖ ਮੰਤਰੀ ਕੇਜਰੀਵਾਲ ਦੇ ਘਰ ਪਹੁੰਚੀ ਈਡੀ ਇੱਕ ਵਾਰੀ ਫਿਰ ਤੋਂ, ਵੱਧ ਸਕਦੀਆਂ ਹਨ ਮੁਸ਼ਕਲਾਵਾਂ, ਕੀ ਉਹਨਾਂ ਨੇ ਜ਼ਬਤ ਕੀਤਾ ਜੀ ਉਹਨਾਂ ਦੇ ਘਰ ਤੋਂ? ਜਿਹੜੀ ਸਵਾਤੀ ਮਾਲੀਵਾਲ ਸੀ ਨਾ ਜੀ, ਸਵਾਤੀ ਮਾਲੀਵਾਲ ਸਭ ਤੋਂ ਇਹਨਾਂ ਦੇ ਓਬੀਡੀਅੰਟ ਫੇਥਫੁਲ ਵਰਕਰ ਸ਼ਾਮਿਲ ਸੀ। ਜਦੋਂ ਵੀ ਕਿਤੇ ਪਾਰਟੀ ਤੇ ਕੋਈ ਭੀੜ ਬਣਦੀ ਤੇ ਸਭ ਤੋਂ ਪਹਿਲਾਂ ਸਵਾਤੀ ਮਾਲੀਵਾਲ ਦਾ ਬਿਆਨ ਹੁੰਦਾ ਸੀ। ਜਿੰਨਾ ਕੁ ਸਮਾਂ ਉਹਨੇ ਆਪਣੇ ਬਕਾਇਦਾ ਤੌਰ ਤੇ ਪਾਰਟੀ ਨੂੰ ਦਿੱਤਾ, ਕੇਜਰੀਵਾਲ ਗਰੁੱਪ ਨੂੰ ਦਿੱਤਾ, ਉਹਨਾਂ ਸਿਰ ਘਰ ਨਹੀਂ ਦੇ ਸਕਦੀ, ਜਿਹਦੇ ਕਰਕੇ ਉਹਦਾ ਚਾਹੀਦਾ ਆਪਣਾ ਤਲਾਕ ਵੀ ਹੋ ਗਿਆ। ਲੇਕਿਨ ਉਹਨੇ ਆਪਣੀ ਪਾਰਟੀ ਦੀ ਵਫ਼ਾਦਾਰ ਰਹੀ, ਹੁਣ ਆ ਕੇ ਉਹਨੂੰ ਇਹ ਗੱਲ ਕਹਿ ਗਿਆ, ਮੁੜ ਕੇ ਉਹਨੂੰ ਬਣਾਤਾ ਰਾਜ ਸਭਾ ਮੈਂਬਰ,
9 ਸਾਲ ਉਹ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਹੀ ਹੈ। ਰਾਜ ਸਭਾ ਮੈਂਬਰ ਬਣਾਉਣ ਤੋਂ ਬਾਅਦ ਹੁਣ ਬੇਕਾਇਦਾ ਤੌਰ 'ਤੇ ਉਹਨੂੰ ਕਿਹਾ ਗਿਆ ਵੀ ਬੀਬੀ ਜੀ ਤੁਸੀਂ ਅਸਤੀਫਾ ਦੇ ਦਿਓ, ਤੁਹਾਡੀ ਜਗ੍ਹਾ 'ਤੇ ਅਭਿਸ਼ੇਕ ਮਨੂ ਸਿੰਘ ਵੀ ਜਿਹੜਾ ਵਕੀਲ ਆ ਮੇਰੇ ਕੇਸ ਦੱਸਦਾ ਉਹਨੂੰ ਰਾਜ ਸਭਾ ਮੈਂਬਰ ਬਣਾਓ। ਲੇਕਿਨ ਉਹਨੇ ਜਦੋਂ ਨਾ ਕਰਤੀ ਵੀ ਤੁਸੀਂ ਇੱਦਾਂ ਨਾ ਕਰੋ, ਕਿਸੇ ਹੋਰ ਕੋਲ ਲੈ ਲਓ, ਮੇਰੇ ਕੋਲ ਤੁਸੀਂ ਕੌਣ ਲੈਂਦੇ, ਮੈਂ ਤਾਂ ਤੁਹਾਡੀ ਵਫ਼ਾਦਾਰ, ਮੈਂ ਤਾਂ ਪਾਰਟੀ ਪਰ ਹੀ ਸਮਰਪਿਤ, ਮੈਂ ਤਾਂ ਆਪਣਾ ਘਰ ਬਰਬਾਦ ਕਰਾ ਲਿਆ। ਲੇਕਿਨ ਕੇਜਰੀਵਾਲ ਨੂੰ ਸਭ ਪਸੰਦ ਨਹੀਂ ਸੀ। ਜਦੋਂ ਇਹਨਾਂ ਦੇ ਘਰ ਜਾਂਦੀ, ਇਹਨਾਂ 'ਤੇ ਇੱਕ ਦੋ ਸ਼ੋਰ ਲੱਗਾ ਸੀ ਵੀ ਕੇਜਰੀਵਾਲ ਸਾਹਿਬ ਜਦੋਂ ਜੇਲ੍ਹ ਦੇ ਵਿੱਚ ਸੀ ਉਦੋਂ ਇਹ ਸਵਾਤੀ ਮਾਲੀਵਾਲ ਜਾ ਕੇ ਘੁੰਮਣ ਗਈ ਸੀ, ਸੈਰ ਕਰਨ ਗਈ ਸੀ ਅਮਰੀਕਾ ਦੇ ਵਿੱਚ। ਉਹ ਇਹ ਸਪਸ਼ਟੀਕਰਨ ਦਿਨ ਜਾਂਦੀਆਂ ਅਤੇ ਫਿਰ ਵਿਵੇਕ ਕੁਮਾਰ ਜੋ ਕੁਛ ਉਹਨਾਂ ਕਰਦਾ, ਜੋ ਕੁਛ ਝਗੜੇ ਹੁੰਦੇ, ਜੋ ਉਹਨਾਂ ਸਭ ਤੋਂ ਪਤਾ ਹੁੰਦਾ, ਉਹ ਮਾਮਲਾ ਫਿਰ ਪੋਲੀਟੀਕਲ ਬਣ ਜਾਂਦਾ। ਭਾਜਪਾ ਵਾਲੇ ਵੀ ਆ ਕੇ ਉਹਨੂੰ ਉਸ ਮਾਮਲੇ ਨੂੰ ਲੈ ਕੇ ਇਹਦੇ ਬੂਹੇ ਅੱਗੇ ਕੇਜਰੀਵਾਲ ਦੇ ਅੱਗੇ ਬਜ਼ਾਰਾ ਕਰਦੇ ਆ ਕਿ ਅਤੇ ਸਵਾਤੀ ਮਾਲੀਵਾਲ ਦੇ ਘਰ ਪੁਲਿਸ ਜਾਂਦੀ ਹੈ ਵੀ ਤੁਸੀਂ ਬਿਆਨ ਕਲਮ ਬੰਦ ਕਰਾਓ, ਤੁਹਾਡੇ ਅਸੀਂ ਉਹ ਪਰਚਾ ਦਰਜ ਕਰਨਾ ਵਾ, ਨਾਲ ਖੜ ਕੇ ਉਹਦੇ ਚੌਂਹਠ ਦੇ ਬਿਆਨ ਕੋਰਟ 'ਚ ਵੀ ਕਰਾ ਦਿੰਦੇ ਆ। ਉਹ ਮੁਸੀਬਤਾਂ ਵੱਧ ਗਈਆਂ। ਉਸ ਕੇਸ ਦਰਜ ਕਰਨ ਤੋਂ ਬਾਅਦ ਵਿਵੇਕ ਕੁਮਾਰ ਨੂੰ ਫੜ ਲਿਆ ਜਾਂਦਾ ਵਾ। ਹੁਣ ਵਿਵੇਕ ਕੁਮਾਰ ਅਤੇ ਇਹ ਸਾਰੇ ਇੱਕ ਬਕਾਇਦਾ ਤੌਰ 'ਤੇ ਵੀਡੀਓ ਰਿਲੀਜ਼ ਕਰਦੇ ਅਤੇ ਉਸ ਵੀਡੀਓ ਦੇ ਮੁਤਾਬਕ ਜਿਹੜੀ ਉਹ ਸਵਾਤੀ ਵੱਲ ਨੂੰ ਦੋਸ਼ੀ ਠਹਿਰਾਉਂਦੇ ਆ। ਹੁਣ ਉਹਦੇ ਵਿੱਚ ਹੁੰਦਾ ਕੀ ਹੈ, ਹੁਣ ਜਿਹੜੀ ਪੁਲਿਸ ਆ ਉਹ ਕੇਜਰੀਵਾਲ ਦੇ ਘਰ ਗਈ ਆ, ਜਿਹੜੇ ਸੀਸੀਟੀਵੀ ਕੈਮਰੇ ਲੱਗੇ ਸੀ ਉਹਦਾ ਰਿਕਾਰਡ ਜਿੱਥੇ ਹੁੰਦਾ ਡੀਵੀਆਰ ਦੇ ਵਿੱਚ, ਉਹ ਡੀਵੀਆਰ ਨੂੰ ਕਬਜ਼ੇ 'ਚ ਲੈ ਲਿਆ। ਹੋਰ ਹੀ ਲੋਕਾਂ ਦੇ ਬਿਆਨ ਕਲਮਬੰਦ ਕੀਤੇ ਉਹਨਾਂ ਨੇ। ਇਸ ਕਰਕੇ ਕੇਜਰੀਵਾਲ ਦੀਆਂ ਮੁਸ਼ਕਲਾਂ ਵੱਧ ਰਹੀਆਂ ਨੇ। ਸਾਡੇ ਕੋਲ ਸਮਾਂ ਨਹੀਂ ਹੈਗਾ, ਅਸੀਂ ਰਾਘਵ ਚੱਡਾ ਇੱਥੇ ਆ ਗਏ ਨੇ, ਉਹਨਾਂ ਬਾਰੇ ਕੱਲ ਗੱਲ ਕਰਾਂਗੇ। ਬਹੁਤ ਬਹੁਤ ਸ਼ੁਕਰੀਆ ਭੱਟੀ ਸਾਹਿਬ, ਕੱਲ ਦੇ ਪ੍ਰੋਗਰਾਮ ਦੇ ਵਿੱਚ ਮੁਲਾਕਾਤਾਂ ਹੋਣਗੀਆਂ ਜੀ। ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਸਤਿ ਸ਼੍ਰੀ ਅਕਾਲ। ਇਹ ਸਨ ਸੀ ਸਰਦਾਰ ਜਸਬੀਰ ਸਿੰਘ ਜੀ ਪੱਟੀ, ਤੁਸੀਂ ਉਹਨਾਂ ਨੂੰ ਸੁਣਿਆ ਅਤੇ ਨਾਲ ਦੇਖਿਆ ਜੀ। ਸੋ ਹੁਣ ਸਾਡਾ ਸਮਾਪਤ ਹੈ ਜੀ ਟਾਈਮ, ਇੰਜੋਏ ਕਰੋ ਲੌਂਗ ਵੀਕਐਂਡ। ਸਾਡੇ ਤੋਂ ਬਾਅਦ ਹੁਣ ਵਤਨੋਂ ਦੂਰ ਦੇ ਸੁਖੀ ਨਿੱਜਰ ਸਾਹਿਬ ਲੈ ਕੇ ਹਾਜ਼ਰ ਨੇ ਪ੍ਰੋਗਰਾਮ, ਉਸ ਤੋਂ ਬਾਅਦ ਪੰਜਾਬ ਦੀ ਗੂੰਜ, ਫਿਰ 2-3 ਮੈਂ ਦੁਬਾਰਾ ਹਾਜ਼ਰ ਹੋਵਾਂਗਾ ਜੀ, ਉਸ ਤੋਂ ਬਾਅਦ ਆਪਣਾ ਪੰਜਾਬ ਸਰਗਮ ਅੱਜ ਦੀ ਆਵਾਜ਼ ਅਤੇ ਫਿਰ ਰੰਗਲਾ ਪੰਜਾਬ ਪੇਸ਼ ਹੋਵੇਗਾ 8 ਤੋਂ ਲੈ ਕੇ 10 ਤੱਕ। ਹੈਵ ਅ ਵੰਡਰਫੁਲ ਵੰਡਰਫੁਲ ਡੇ ਐਂਡ ਇੰਜੋਏ ਯੋਰ ਲੌਂਗ ਵੀਕਐਂਡ, ਅਤੇ ਮਿਲਦੇ ਹਾਂ ਜੀ ਅਸੀਂ ਸ਼ਾਮ ਨੂੰ 8 ਵਜੇ। ਰੱਬ ਰੱਖਾ, ਸਤਿ ਸ਼੍ਰੀ ਅਕਾਲ। You're listening to CNN Toronto, Javla News Network, Toronto.